ਜਦੋਂ ਅਸੀਂ ਆਪਦੇ 25, 30, 35 ਛੁੰਨੇ ਹਾਂ ਸ਼ਾਇਦ ਅਸੀਂ ਇਹ ਗੱਲ ਬਾਰੇ ਸੋਚਦੇ ਨਹੀਂ, ਪਰ ਜਦੋਂ ਸਾਨੂੰ ਕੋਈ ਨਾ ਕੋਈ ਹੈਲਥ ਇਸ਼ੂ ਆ ਜਾਂਦਾ ਅਸੀਂ ਫਿਰ ਸੋਚਣਾ ਸ਼ੁਰੂ ਕਰਦੇ ਹਾਂ ਉਦੋਂ ਨੂੰ। ਏਜ ਦੇ ਵਧਣ ਕਰਕੇ ਇੱਕ ਤਾਂ ਵੈਸੇ ਪ੍ਰੀਮੀਅਮ ਬਹੁਤ ਹਾਈ ਹੋ ਜਾਂਦੀ ਹੈ, ਸੈਕਿੰਡ ਕੋਈ ਹੈਲਥ ਇਸ਼ੂ ਆਉਣ ਕਰਕੇ ਪਾਲਿਸੀ ਸਟੈਂਡਰਡ ਰੇਟ 'ਤੇ ਵੀ ਨਹੀਂ ਮਿਲਦੀ, ਕੰਪਨੀਜ਼ ਵੀ ਤੁਹਾਡਾ ਰਿਸਕ ਲੈਣ ਤੋਂ ਡਰਦੀਆਂ ਹੈ ਅਤੇ ਉਹ ਤੁਹਾਡਾ ਰੇਟ ਵਧਾ ਦਿੰਦੀਆਂ। ਅਤੇ ਤੁਸੀਂ ਵੀ ਦੇਖਿਆ ਹੋਣਾ ਬਹੁਤ ਸਾਰੇ ਲੋਕ ਇੰਸ਼ੋਰੈਂਸ ਦੇ ਵਿੱਚ ਆਉਂਦੇ ਨੇ, ਇਸ ਫੀਲਡ ਵਿੱਚ ਵੀ ਛੱਡ ਜਾਂਦੇ ਨੇ, ਤੁਸੀਂ ਕੀ ਕਹੋਗੇ ਜਿਹੜਾ ਬੰਦੇ ਇਸ ਲਾਈਨ ਨੂੰ ਦੇਖ ਰਿਹਾ, ਇਜ਼ ਇਟ ਅ ਗੁੱਡ ਕਰੀਅਰ ਸਟਿਲ ਜਾਂ ਫਿਰ ਬਹੁਤ ਜ਼ਿਆਦਾ ਕੰਪਲੀਟ ਹੋ ਗਿਆ? ਹਾਂਜੀ, ਸਤਿ ਸ਼੍ਰੀ ਅਕਾਲ, ਮਾਈਂਡਫੁਲ ਕਾਸਟ ਦੇ ਵਿੱਚ ਤੁਹਾਡਾ ਇਸਤਕਬਾਲ ਹੈ ਜੀ। ਮੈਂ ਹਾਂ ਗੁਰਮੀਤ ਸੋਈ ਅਤੇ ਮੇਰੇ ਨਾਲ ਅੱਜ ਹੈ ਕੁਲਵੀਰ ਕੌਰ ਪੰਧੇਰ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਪਹਿਲਾਂ ਤਾਂ ਬਹੁਤ ਸ਼ੁਕਰੀਆ ਤੁਸੀਂ ਟਾਈਮ ਕੱਢ ਕੇ ਸਾਡੇ ਕੋਲ ਆਏ। ਜੀ ਥੈਂਕ ਯੂ ਵੈਰੀ ਮਚ, ਤੁਸੀਂ ਮੈਨੂੰ ਇਹ ਸ਼ੋਅ 'ਚ ਆਉਣ ਲਈ ਇਨਵਾਈਟ ਕੀਤਾ। ਕੁਲਵੀਰ, ਤੁਹਾਡੀ ਜਰਨੀ ਬਾਰੇ ਅਸੀਂ ਜਾਣਨਾ ਚਾਹਾਂਗੇ ਵੀ ਕਿਸ ਤਰ੍ਹਾਂ ਦੀ ਤੁਹਾਡੀ ਜਰਨੀ ਰਹੀ, ਸਟਾਰਟਿੰਗ ਫਰੋਮ ਤੁਹਾਡੀ ਅਪਬ੍ਰਿੰਗਿੰਗ, ਕਿੱਥੋਂ ਤੁਸੀਂ ਬਿਲੋਂਗ ਕਰਦੇ ਹੋ, ਕਿੱਦਾਂ ਤੁਹਾਡੀ ਅਪਬ੍ਰਿੰਗਿੰਗ ਰਹੀ ਅਤੇ ਕੀ ਤੁਹਾਡਾ ਐਜੂਕੇਸ਼ਨ ਬੈਕਗਰਾਊਂਡ ਹੈਗਾ? ਜੀ ਮੈਂ ਜਗਰਾਉਂ ਦੇ ਕੋਲ ਪਿੰਡ ਚੀਮਨਾ ਉੱਥੇ ਹੀ ਸਕੂਲਿੰਗ ਹੋਈ ਆ ਅਤੇ ਉਸ ਤੋਂ ਬਾਅਦ ਸੈਦਮਾਂ ਕਾਲਜ ਤੋਂ ਮੈਂ ਗ੍ਰੈਜੂਏਟ ਹੋ ਕੇ ਲੁਧਿਆਣੇ ਗੌਰਮੈਂਟ ਕਾਲਜ ਤੋਂ ਪੋਸਟ ਗ੍ਰੈਜੂਏਟ ਹੋ ਕੇ ਫਿਰ 5 ਸਾਲ ਮੈਂ ਲੁਧਿਆਣੇ ਕੰਮ ਕਰਕੇ 2018 'ਚ ਕੈਨੇਡਾ ਆਈ ਸੀ। ਲੁਧਿਆਣੇ ਤੁਸੀਂ ਕੀ ਕੰਮ ਕਰਦੇ ਸੀ? ਲੁਧਿਆਣੇ ਮੈਂ ਇੱਕ ਇੰਡਸਟਰੀਅਲ ਏਰੀਆ 'ਚ, ਇੰਡਸਟਰੀ 'ਚ ਜਿਵੇਂ ਆਫਿਸ ਦੀ ਜੋਬ ਸੀ ਕਿ ਉੱਥੇ ਇੰਡਸਟਰੀ 'ਚ ਜੋ ਵੀ ਪ੍ਰੋਡਕਸ਼ਨ ਹੁੰਦੀ ਆ ਜਾਂ ਡਿਸਪੈਚ ਹੁੰਦੀ ਆ ਉਹਨੂੰ ਮੋਨੀਟਰ ਕਰਨਾ ਅਤੇ ਜਿਹੜਾ ਬੌਸ ਆ ਉਹਨੂੰ ਰਿਪੋਰਟਿੰਗ ਕਰਨੀ। ਤੁਸੀਂ ਫਿਰ ਸਕਿੱਲਡ ਕੈਟਾਗਰੀ 'ਚ ਆਏ ਹੈਗੇ ਕੈਨੇਡਾ? ਹਾਂਜੀ ਬਿਲਕੁਲ, ਮੈਂ ਮੈਨੀਟੋਬਾ ਪ੍ਰੋਵਿੰਸ਼ੀਅਲ ਗਵਰਨਮੈਂਟ ਦੇ ਪ੍ਰੋਗਰਾਮ ਅੰਡਰ ਕੈਨੇਡਾ ਆਈ ਸੀ। ਤੁਸੀਂ ਮੈਨੀਟੋਬਾ ਰਹੇ, ਵਿਨੀਪੈਗ ਰਹੇ ਹੋ ਸਪੈਸ਼ਲੀ? ਹਾਂਜੀ, ਵਿਨੀਪੈਗ 2 ਸਾਲ ਰਹੀ ਸੀ। ਸੋ ਕਿੱਦਾਂ ਸੀ ਤੁਹਾਡਾ ਐਕਸਪੀਰੀਅੰਸ ਪਹਿਲਾਂ ਮੈਨੀਟੋਬਾ ਦਾ, ਇਹ ਦੱਸੋ? ਇੱਕ ਤਾਂ ਜਿਹੜਾ ਚਲੋ ਵੈਦਰ ਨੂੰ ਲੈ ਕੇ ਸਾਰਿਆਂ ਨੇ ਡਰਾਇਆ ਹੋਇਆ ਸੀ ਉਹ ਜ਼ਰੂਰ ਸੱਚ ਸੀ ਕਿ ਬਹੁਤ ਸਟਰਗਲਿੰਗ ਟਾਈਮ ਹੁੰਦਾ ਇੱਕ ਇਨੀਸ਼ਲੀ ਜਦੋਂ ਬੱਸਾਂ 'ਤੇ ਟਰੈਵਲ ਕਰਨਾ ਅਤੇ -50 ਡਿਗਰੀ ਤੱਕ ਸਨੋ, ਫਿਰ ਉਸ ਤੋਂ ਬਾਅਦ ਦਿਨ ਰਾਤ ਸ਼ਿਫਟਾਂ 'ਤੇ ਜਾਣਾ। ਸੋ ਜਿਵੇਂ ਸਾਰਿਆਂ ਦਾ ਕੈਨੇਡਾ 'ਚ ਨਵੇਂ ਆਇਆਂ ਦਾ ਇੱਕ ਸਟਰਗਲਿੰਗ ਪੀਰੀਅਡ ਹੁੰਦਾ, ਸੋ ਆਫਕੋਰਸ ਉਹ ਬਹੁਤ ਹਾਰਡ ਟਾਈਮ ਸੀ। ਨਹੀਂ ਕਿ ਉੱਥੋਂ ਦੀ ਠੰਡ ਤਾਂ ਮੰਨੀ ਜਾਂਦੀ ਹੈ, ਸਪੈਸੀਫਿਕਲੀ ਜਦੋਂ ਇੰਡੀਆ ਤੋਂ ਤੁਸੀਂ ਆਉਂਦੇ ਹੋ ਤਾਂ ਇੰਡੀਆ ਤੋਂ ਆ ਕੇ ਇੱਕਦਮ ਹਾਰਡ ਲੱਗਦਾ ਹੈ ਕਾਫੀ। ਤਾਂ ਤੁਹਾਡੇ ਕੋਈ ਸੀਗਾ ਫੈਮਿਲੀ ਮੈਂਬਰ ਉੱਥੇ ਜਾਣ ਪਛਾਣ ਦਾ? ਹਾਂਜੀ ਬਿਲਕੁਲ, ਇਹ ਮੇਰੇ ਲਈ ਇੱਕ ਪੋਜ਼ਿਟਿਵ ਥਿੰਗ ਸੀ ਕਿ ਮੇਰਾ ਉੱਥੇ ਰੀਅਲ ਬ੍ਰਦਰ ਸੀ, ਮੈਂ ਉਹਨਾਂ ਨਾਲ ਰਹੀ ਅਤੇ ਇਹ ਬਹੁਤ ਸਪੋਰਟ ਹੋ ਜਾਂਦੀ ਆ। ਪਰ ਇੱਕ ਚੀਜ਼ ਮੈਨੀਟੋਬਾ ਨੂੰ ਲੈ ਕੇ ਜਿਹੜੀ ਮੈਂ ਝੂਠੀ ਪਾਤੀ ਸੀ, ਸਾਰੇ ਕਹਿੰਦੇ ਸੀ ਕਿ ਉੱਥੇ ਕੰਮ ਨਹੀਂ ਮਿਲਦਾ, ਪਰ ਮੈਨੂੰ ਲੱਗਦਾ 30 ਦਿਨਾਂ 'ਚ 35 ਸ਼ਿਫਟਾਂ ਲਾ ਦਿੰਦੀ ਹੋਊਂਗੀ। ਅਤੇ ਜਿੰਨੇ ਵੀ ਲੋਕ, ਈਵਨ ਉਸ ਤੋਂ ਬਾਅਦ ਵੀ ਜਦੋਂ ਮੈਂ ਇੰਡੀਆ ਗਈ ਹਾਂ, ਸਾਰਿਆਂ ਦੀ ਇਹੀ ਕੰਪਲੇਨ ਹੁੰਦੀ ਸੀ, ਪਹਿਲਾਂ ਵੀ ਬਾਅਦ 'ਚ ਵੀ, ਹੁਣ ਵੀ ਮੈਨੂੰ ਕਈ ਪੁੱਛ ਲੈਂਦੇ ਆ ਵੀ ਉੱਥੇ ਤਾਂ ਕੰਮ ਨਹੀਂ ਮਿਲਦਾ, ਪਰ ਮੈਂ ਕਹਿੰਦੀ ਸੀ ਕੰਮ ਬੰਦਾ ਕਰਨ ਵਾਲਾ ਚਾਹੀਦਾ, ਕੰਮ ਸਾਰੇ ਕਿਤੇ ਮਿਲ ਜਾਂਦਾ, ਲੱਭਣ ਵਾਲਾ ਚਾਹੀਦਾ। ਜੀ ਬਾਕੀ ਇਹ ਫਰਕ ਹੁੰਦਾ ਜਦੋਂ ਤੁਸੀਂ ਸਕਿੱਲਡ ਕੈਟਾਗਰੀ 'ਚ ਆਉਂਦੇ ਹੋ, ਤੁਹਾਨੂੰ ਥੋੜਾ ਲਾਈਫ ਦਾ ਐਕਸਪੀਰੀਅੰਸ ਹੁੰਦਾ, ਤੁਹਾਨੂੰ ਵਰਕ ਦਾ ਵੀ ਐਕਸਪੀਰੀਅੰਸ ਹੁੰਦਾ ਹੈ। ਬਿਲਕੁਲ। ਸੋ ਕਿਸ ਤਰ੍ਹਾਂ ਦੀ ਜੋਬਾਂ ਪਹਿਲਾਂ ਕੀਤੀਆਂ ਕਿ ਸਟਾਰਟਿੰਗ ਦੇ ਵਿੱਚ? ਸਭ ਤੋਂ ਪਹਿਲੀ ਮੇਰੀ ਜੋਬ ਉੱਥੇ ਸੀ ਕੈਨੇਡਾ ਗੂਜ਼ ਕੰਪਨੀ 'ਚ ਸਟਿਚਿੰਗ ਦੀ। ਉਸ ਤੋਂ ਬਾਅਦ ਕੁਛ ਮਹੀਨਿਆਂ ਬਾਅਦ ਹੀ ਮੈਂ ਸਿਕਿਉਰਿਟੀ ਦਾ ਲਾਇਸੈਂਸ ਲੈ ਲਿਆ, ਫਿਰ ਮੈਂ ਸਿਕਿਉਰਿਟੀ ਗਾਰਡ ਤੋਂ ਬਾਅਦ ਫਿਰ ਵਾਲਮਾਰਟ ਦੇ ਵਿੱਚ ਜਿਹੜੀ ਅੰਡਰਕਵਰ ਸਿਕਿਉਰਿਟੀ ਹੁੰਦੀ ਹੈ, ਲਾਸ ਪ੍ਰੀਵੈਂਸ਼ਨ ਆਫਿਸਰ, 1 ਸਾਲ ਉਹਦਾ ਕੰਮ ਕੀਤਾ। ਅੱਛਾ, ਇਹਨਾਂ ਦੀ ਅੰਡਰਕਵਰ ਸਿਕਿਉਰਿਟੀ ਵੀ ਹੁੰਦੀ ਹੈ ਵਾਲਮਾਰਟ 'ਚ? ਹਾਂਜੀ ਬਿਲਕੁਲ, ਆਲਮੋਸਟ 3 ਤੋਂ 4 ਅੰਡਰਕਵਰ ਸਿਕਿਉਰਿਟੀ ਗਾਰਡ ਉੱਥੇ ਹੁੰਦੀ ਹੈ ਜਿਹੜੇ ਜਿਵੇਂ ਪ੍ਰੀਵੈਂਟ ਕਰਦੇ ਆ। ਮੈਨੂੰ ਇਹ ਚੀਜ਼ ਨਵੀਂ ਪਤਾ ਲੱਗੀ ਤਾਂ ਮੈਂ ਆਖਿਆ ਚਲੋ। ਤੇ ਇਹ ਫਿਰ ਤੁਸੀਂ ਆ ਕੇ ਤੁਸੀਂ ਜੋਬ ਤੁਹਾਨੂੰ ਕਿਹਾ ਮਿਲ ਗਈ ਹੈ ਨਾ, ਇਹ ਚੰਗੀ ਗੱਲ ਹੈਗੀ ਹੈ ਨਾ, ਤੇ ਫਿਰ ਸਟ੍ਰੈਸ ਨਹੀਂ ਰਹਿੰਦੀ ਜਦੋਂ ਫਾਈਨੈਂਸ਼ਲੀ। ਵੈਸੇ ਵੀ ਆਈ ਥਿੰਕ ਜਦੋਂ ਤੁਸੀਂ ਪੀਆਰ ਤੇ ਆਉਂਦੇ ਹੋ ਡਾਇਰੈਕਟਲੀ, ਕੋਈ ਇੰਨਾ ਵੱਡਾ ਬਰਡਨ ਨਹੀਂ ਹੁੰਦਾ, ਕੋਈ ਤੁਸੀਂ ਯੂ ਨਾਟ ਪੇਇੰਗ ਦ ਫੀਸ ਜਿਹੜੀਆਂ ਆਪਣੀ ਯੂਨੀਵਰਸਿਟੀ ਵਿੱਚ ਹੁੰਦੀਆਂ, ਬਟ ਫਿਰ ਵੀ ਇਹ ਤਾਂ ਹੁੰਦਾ ਵੀ ਜਲਦੀ ਜਲਦੀ ਬੰਦਾ ਸੈਟਲ ਹੋ ਗਿਆ। ਜੀ ਬਿਲਕੁਲ, ਫਿਰ ਸਿਰਫ ਸਟ੍ਰੈਸ ਇਹੀ ਹੁੰਦੀ ਹੈ ਵੀ ਓਕੇ ਆਪਾਂ ਆਪਦਾ ਕਰੀਅਰ ਬਿਲਡ ਕਰਨਾ ਜਾਂ ਆਪਾਂ ਪੈਸੇ ਕਮਾਉਣੇ ਆ, ਪਰ ਸਟੂਡੈਂਟਸ ਦੀਆਂ ਹੋਰ ਐਡੀਸ਼ਨਲ ਰਿਸਪੋਨਸਿਬਿਲਟੀਜ਼ ਹੋ ਜਾਂਦੀਆਂ ਜਿਵੇਂ ਫੀਸ ਇਕੱਠੀ ਕਰਨੀ ਜਾਂ ਇੱਦਾਂ। ਸੋ ਆਫਕੋਰਸ ਡਿਫਰੈਂਸ ਤਾਂ ਹੁੰਦਾ ਹੈ ਜਦੋਂ ਤੁਸੀਂ ਐਜ਼ ਅ ਪੀਅਰ ਆਉਂਦੇ ਹੋ ਅਤੇ ਐਜ਼ ਅ ਸਟੂਡੈਂਟ ਆਉਂਦੇ ਹੋ। ਅਤੇ ਫਿਰ ਤੁਸੀਂ ਕਿੰਨਾ ਟਾਈਮ ਮਤਲਬ ਉੱਥੇ ਰਹੇ ਮੈਨੀਟੋਬਾ ਵਿਨੀਪੈਗ ਦੇ ਵਿੱਚ? ਮੈਂ 2 ਸਾਲ ਪੂਰੇ, ਆਲਮੋਸਟ 2 ਸਾਲ ਰਹੀ ਹਾਂ ਉੱਥੇ। ਅਤੇ 2 ਸਾਲ ਬਾਅਦ ਤੁਹਾਡਾ ਜਿਹੜਾ ਸੀ ਕੰਡੀਸ਼ਨ ਜਿਹੜੀ ਤੁਸੀਂ ਉਹ ਮੈਟ ਕਰਕੇ ਫਿਰ ਤੁਸੀਂ ਫੈਡਰਲ ਦੇ ਵਿੱਚ ਇੱਥੇ ਫਿਰ ਤੁਸੀਂ ਮੂਵ ਕਰ ਸਕਦੇ ਹੋ 2 ਸਾਲ ਬਾਅਦ? ਹਾਂਜੀ, ਤੁਸੀਂ ਕਿਤੇ ਵੀ ਮੂਵ ਕਰ ਸਕਦੇ ਹੋ। ਉਸ ਤੋਂ ਬਾਅਦ ਫਿਰ ਮੈਂ 2 ਸਾਲ ਬਾਅਦ ਇੱਥੇ ਮੂਵ ਕਰ ਗਈ ਸੀ।
ਸੋ ਫਿਰ ਕੀ ਡਿਫਰੈਂਸ ਲੱਗਿਆ ਵਿਨੀਪੈਗ, ਕਿਉਂਕਿ ਪਹਿਲਾਂ ਤੁਹਾਡਾ ਪਲੇਸ ਉਹ ਸੀਗਾ ਰਾਈਟ, ਹਾਂਜੀ ਸੋ ਇੱਥੇ ਆ ਕੇ ਫਿਰ ਤੁਹਾਨੂੰ ਆਪਣੀ ਵਾਈਫਸ ਮਿਲਣ ਲੱਗ ਗਈ ਇੰਡੀਆ ਵਾਲੀਆਂ ਚਾਂਸ? ਸਭ ਤੋਂ ਵੱਡਾ ਡਿਫਰੈਂਸ ਇੱਕ ਇੱਦਾਂ ਸੀਗਾ, ਜਦੋਂ ਮੈਂ ਮੈਨੀਟੋਬਾ ਆਈ ਸੀ ਮੈਨੂੰ ਜਿਵੇਂ 7ਵੇਂ ਦਿਨ ਹੀ ਕੰਮ ਮਿਲ ਗਿਆ ਸੀ, ਪਰ ਜਦੋਂ ਇੱਥੇ ਆਈ ਸੀ 2020 'ਚ ਕੋਵਿਡ ਤੋਂ ਬਾਅਦ ਕੰਮ ਬਹੁਤ ਸਲੋ ਸੀ ਅਤੇ ਮੈਨੂੰ 2 ਮਹੀਨੇ ਕੰਮ ਨਹੀਂ ਸੀ ਮਿਲਿਆ, ਇੱਕ ਵੱਡਾ ਡਿਫਰੈਂਸ ਇਹ ਲੱਗਿਆ ਸੀ। ਸੈਕਿੰਡ ਜਿਵੇਂ ਉਹ ਇੱਕ ਛੋਟਾ ਜਿਹਾ ਆਪਾਂ ਟਾਊਨ ਕਹਿ ਲਈਏ, ਬਹੁਤ ਕੁਆਇਟ ਜਿਹਾ, ਅਤੇ ਇੱਥੇ ਜਿਵੇਂ ਜ਼ਿਆਦਾ ਪਾਪੂਲੇਸ਼ਨ ਅਤੇ ਹਰੇਕ ਜਗ੍ਹਾ ਜਾਓ ਜਿਵੇਂ ਸਟੋਰਾਂ 'ਚ ਵੀ ਜਾਓ ਬਹੁਤ ਰਸ਼ ਆ, ਤਾਂ ਉਹ ਇੱਕ ਬਿਗ ਡਿਫਰੈਂਸ ਹੈ ਦੋਨੋਂ ਸਿਟੀਜ਼। ਜੇ ਤਾਂ ਇੰਡੀਆ ਤੋਂ ਡਾਇਰੈਕਟਲੀ ਬੰਦਾ ਆਉਂਦਾ ਉਹਨੂੰ ਤਾਂ ਸ਼ਾਇਦ ਵਧੀਆ ਲੱਗਦੀ ਚਹਿਲ ਪਹਿਲ, ਹੈ ਨਾ, ਕਿਉਂਕਿ ਜੇ ਤੁਸੀਂ ਥੋੜ੍ਹਾ ਜਿਹਾ ਜੇ ਤੁਸੀਂ ਵਿਨੀਪੈਗ ਦੀ ਗੱਲ ਕਰਦੇ ਹੋ ਇੱਦਾਂ ਦੇ ਟਾਊਨ 'ਚ ਜਾਂਦਾ, ਫਿਰ ਤੁਹਾਨੂੰ ਕਈ ਵਾਰ ਬੰਦੇ ਨੂੰ ਜ਼ਿਆਦਾ ਹੀ ਸਲੋਨੈਸ ਜੀ ਮੋਨੋਟਨਸ ਜਿਹਾ ਜ਼ਿਆਦਾ ਲੱਗਦੇ ਉੱਦਾਂ ਦੇ ਟਾਊਨ, ਡਿਪੈਂਡ ਕਰਦਾ ਵੀ ਕਿੱਦਾਂ ਦੇ ਤੁਸੀਂ ਉੱਥੇ ਮਾਹੌਲ 'ਚ ਆਏ ਹੈਗੇ। ਹਾਂਜੀ ਬਿਲਕੁਲ, ਇਹ ਚੀਜ਼ ਦਾ ਫਰਕ ਤਾਂ ਪੈਂਦਾ, ਪਰ ਮੈਨੂੰ ਇੱਦਾਂ ਲੱਗਦਾ ਹੁੰਦਾ ਵੀ ਜਿੱਥੇ ਤੁਸੀਂ ਜਦੋਂ ਕੈਨੇਡਾ ਜਾ ਕੇ ਸਭ ਤੋਂ ਪਹਿਲਾਂ ਜਿਹੜੇ ਸਿਟੀ 'ਚ ਆਉਂਦੇ ਹੋ ਉਹਦੇ ਨਾਲ ਤੁਹਾਡਾ ਇੱਕ ਡਿਫਰੈਂਟ ਟਾਈਪ ਦਾ ਹੀ ਕਨੈਕਸ਼ਨ ਜਿਹਾ ਹੁੰਦਾ ਹੈ, ਕਿਉਂਕਿ ਇੱਕ ਜਿਹੜੀ ਨਵੀਂ ਐਕਸਾਈਟਮੈਂਟ ਨਵੀਂ ਕੰਟਰੀ 'ਚ ਆਉਂਦੀ, ਨਵੇਂ ਲੋਕ, ਨਵੀਂ ਲੈਂਗੁਏਜ, ਨਵੇਂ ਕੰਮ, ਸੋ ਜਿਹੜਾ ਮੈਨੀਟੋਬਾ ਨਾਲ ਮੇਰਾ ਕਨੈਕਸ਼ਨ ਹੈ ਮੈਂ ਕਿਤੇ ਵੀ ਚਲੀ ਜਾਵਾਂ ਮੈਨੂੰ ਲੱਗਦਾ ਉਹ ਹਮੇਸ਼ਾ ਉੱਦਾਂ ਹੀ ਰਹਿਣਾ ਹੈ, ਕਿਉਂਕਿ ਸਭ ਤੋਂ ਪਹਿਲੀ ਸਿਟੀ ਸੀ ਉਹ ਮੇਰੇ ਕੈਨੇਡਾ 'ਚ ਆਉਣ ਤੋਂ ਬਾਅਦ। ਸੋ 2 ਸਾਲ ਤੁਸੀਂ ਉੱਥੇ ਔਡ ਜੌਬਸ ਕੀਤੀਆਂ, 2018 'ਚ ਲੈਂਡ ਹੋਏ ਤੁਸੀਂ ਕੰਟਰੀ 'ਚ ਐਂਡ 2020 ਦੇ ਵਿੱਚ ਕੋਵਿਡ ਦੇ ਵਿੱਚ ਬ੍ਰੈਂਪਟਨ ਆਏ ਸੀ। ਜੀ ਬਿਲਕੁਲ। ਸੋ ਬ੍ਰੈਂਪਟਨ ਦਾ ਵੀ ਬੁਲਾ ਹੀ ਲੈਂਦਾ ਬੰਦੇ ਨੂੰ ਇੱਕ ਵਾਰੀ। ਜੀ। ਸੋ ਫਿਰ ਇੱਥੇ ਆ ਕੇ ਕਿੱਦਾਂ ਦੀ ਜੌਬਾਂ ਕੀਤੀਆਂ ਤੁਸੀਂ? ਇੱਥੇ ਆ ਕੇ ਅਗੇਨ ਪਹਿਲਾਂ ਤਾਂ ਮੈਂ ਜਿੱਥੋਂ ਛੱਡ ਕੇ ਗਈ ਸੀ ਮੈਨੀਟੋਬਾ ਉੱਥੇ ਆ ਕੇ ਦੁਬਾਰਾ ਸ਼ੁਰੂ ਕੀਤਾ ਕਿ ਸਿਕਿਉਰਿਟੀ ਜਾਂ LP ਦੀ ਜੋਬ, ਫਿਰ ਉਸ ਤੋਂ ਬਾਅਦ ਮੈਨੂੰ ਲੌਂਗ ਟਰਮ ਕੇਅਰ 'ਚ ਡਾਇਟਰੀਏਟ ਦੀ ਜੋਬ ਮਿਲੀ, ਉਹ ਮੈਂ ਕੀਤੀ ਆਲਮੋਸਟ 2 ਸਾਲ ਕੀਤੀ, ਫਿਰ ਨਾਲ ਦੀ ਨਾਲ ਵਿੱਚ ਦੀ ਉੱਧਰੋਂ ਬ੍ਰੇਕ ਲੈ ਕੇ ਮੈਂ 6 ਮਹੀਨੇ ਐਮਾਜ਼ੋਨ ਵੀ ਲਾਏ, ਮਤਲਬ ਬਹੁਤ ਡਿਫਰੈਂਟ ਤਰ੍ਹਾਂ ਦੀਆਂ ਜੋਬਸ ਟਰਾਈ ਕੀਤੀਆਂ, ਤੇ ਐਮਾਜ਼ੋਨ 'ਚ ਕੰਮ ਕਰਦੀ ਨੇ ਨਾਲ ਦੀ ਨਾਲ ਮੈਂ LLQP ਦਾ ਲਾਇਸੈਂਸ ਲੈ ਲਿਆ ਸੀ। ਫਿਰ ਇਹ ਮੈਂ ਪੁੱਛਣਾ ਚਾਹੁੰਦਾ ਵੀ ਐਡੀ ਸ਼ਿਫਟ ਕਿੱਦਾਂ, ਤੁਸੀਂ ਹੁਣ ਕਾਫੀ ਸਕਸੈਸਫੁਲ ਹੈ, ਤੁਸੀਂ ਇੰਸ਼ੋਰੈਂਸ ਦਾ ਕੰਮ ਕਰਦੇ ਹੋ ਫੁੱਲ ਟਾਈਮ ਇੰਸ਼ੋਰੈਂਸ ਦੇ ਵਿੱਚ ਹੈਗੇ ਹੋ ਰਾਈਟ, ਸੋ ਇਹ ਸਾਰਿਆਂ ਕਿੱਦਾਂ ਡਿਸਾਈਡ ਕੀਤਾ ਵੀ ਆਈ ਸ਼ੁਡ ਮੂਵ ਟੂ ਇੰਸ਼ੋਰੈਂਸ ਨਾਓ? ਇੱਕ ਤਾਂ ਜਦੋਂ ਵੀ ਮੈਂ ਕਿਸੇ ਨਾ ਕਿਸੇ ਕੰਮ 'ਚ ਗਈ ਮੈਂ ਹਮੇਸ਼ਾ ਇਹ ਸੋਚਦੀ ਹੁੰਦੀ ਸੀ ਕਿ ਆਪਾਂ ਜਿਹੜਾ ਇਹ ਕੰਮ ਕਰ ਰਹੇ ਹਾਂ ਇਹ ਕੋਈ 1-2 ਸਾਲ ਤੱਕ ਕਰਨਾ ਨਹੀਂ ਹੈ, ਸਾਰੀ ਜ਼ਿੰਦਗੀ 65 ਦੀ ਏਜ ਤੱਕ ਕਰਨਾ। ਮੇਰਾ ਆਪਦੇ ਆਪ ਨੂੰ ਸਵਾਲ ਹੁੰਦਾ ਸੀ ਕਿ ਮੈਂ ਅੱਜ ਤੋਂ 5 ਸਾਲ ਬਾਅਦ 10 ਸਾਲ ਬਾਅਦ ਆਪਦੇ ਆਪ ਨੂੰ ਕਿੱਥੇ ਦੇਖਦੀ ਹਾਂ, ਜਿੱਥੇ ਮੈਨੂੰ ਲੱਗਦਾ ਸੀ ਵੀ ਨਹੀਂ ਮੇਰੇ ਲਈ ਕੋਈ ਫਿਊਚਰ ਗਰੋਥ ਨਹੀਂ, ਕੋਈ ਓਪਰਚੁਨਿਟੀਜ਼ ਨਹੀਂ, ਮੈਨੂੰ ਲੱਗਦਾ ਸੀ ਕਿ ਮੈਨੂੰ ਮੂਵ ਹੋ ਜਾਣਾ ਚਾਹੀਦਾ ਹੈ। ਚਲੋ ਫੋਰ ਨਾਓ ਮੈਂ ਜੋ ਵੀ ਕੰਮ ਕਰ ਰਹੀ ਹਾਂ ਹਰੇਕ ਨੂੰ ਕੋਈ ਨਾ ਕੋਈ ਕੰਮ ਕਰਨਾ ਪੈਂਦਾ, ਪਰ ਮੇਰਾ ਜਿਹੜਾ ਧਿਆਨ ਆ ਉਹ ਹਮੇਸ਼ਾ ਆਪਦੇ ਫਿਊਚਰ ਨੂੰ ਲੈ ਕੇ ਫੋਕਸਡ ਹੁੰਦਾ ਸੀ ਕਿ ਮੈਂ 5 ਸਾਲ ਬਾਅਦ ਵੀ ਇਹੀ ਕੰਮ ਕਰੂੰਗੀ, ਮੈਂ 20 ਸਾਲ ਬਾਅਦ ਵੀ ਇਹੀ ਕੰਮ ਕਰੂੰਗੀ, ਜਾਂ ਮੈਂ ਕਿੱਥੇ ਹੋਊਂਗੀ। ਇੱਕ ਤਾਂ ਮੇਰਾ ਇਹ ਸਭ ਤੋਂ ਵੱਡਾ ਕੰਸਰਨ ਸੀ, ਸੈਕਿੰਡ ਥਿੰਗ ਕਿ ਮੈਨੂੰ ਇਹ ਲੱਗਦਾ ਸੀਗਾ ਕਿ ਮੈਨੂੰ ਸੋਸ਼ਲਾਈਜ਼ ਹੋਣਾ ਜ਼ਿਆਦਾ ਪਸੰਦ ਆ, ਲੋਕਾਂ ਨਾਲ ਗੱਲਾਂ ਕਰਕੇ ਮੈਨੂੰ ਜ਼ਿਆਦਾ ਸਕੂਨ ਮਿਲਦਾ ਹੈ, ਅਤੇ ਮੈਨੂੰ ਲੱਗਦਾ ਸੀ ਵੀ ਮੇਰੇ ਇਸ ਸਕਿੱਲ ਨੂੰ ਮੈਨੂੰ ਅੱਗੇ ਲੈ ਕੇ ਆਉਣਾ ਚਾਹੀਦਾ ਹੈ। ਜ਼ਿਆਦਾਤਰ ਜਿੱਦਾਂ ਤੁਸੀਂ ਸਿਕਿਉਰਿਟੀ ਜੋਬ ਕਰਦੇ ਹੋ ਉਹਦੇ ਵਿੱਚ ਮੈਨੂੰ ਲੱਗਦਾ ਇੱਕ ਤਾਂ ਲਰਨਿੰਗ ਨਹੀਂ ਜ਼ਿਆਦਾ ਹੁੰਦੀ ਰਾਈਟ, ਬੰਦਾ ਹਾਂਜੀ ਇੱਕ ਵੈਸੇ ਵੀ ਥੋੜ੍ਹੀ ਜਿਹੀ ਬੋਰੀਅਤ ਦੀ ਜੋਬ ਹੈ, ਤੁਹਾਡੀ ਇੰਟਰੈਕਸ਼ਨ ਘੱਟ। ਹਾਂਜੀ ਜੀ। ਸੋ ਜਦੋਂ ਮੈਂ ਜਿਵੇਂ ਲੌਂਗ ਟਰਮ ਕੇਅਰ ਦੇ ਕਿਚਨ 'ਚ ਕੰਮ ਕਰਦੀ ਸੀ ਉੱਥੇ ਆ ਕੇ ਮੈਨੂੰ ਇਹ ਫੀਲ ਹੋਇਆ ਵੀ ਸ਼ਾਇਦ ਮੈਂ ਬਹੁਤ ਲੰਬਾ ਟਾਈਮ ਸਿਕਿਉਰਿਟੀ ਕਰਕੇ ਬੈਠੇ ਰਹਿ ਕੇ ਬੋਰ ਹੋ ਗਈ ਸੀ, ਅਤੇ ਮੈਨੂੰ ਹੱਥੀਂ ਕੰਮ ਕਰਕੇ ਵਧੀਆ ਲੱਗਦਾ ਸੀਗਾ, ਸਕੂਨ ਮਿਲਦਾ ਸੀ ਵੀ ਹਾਂ ਕੁਛ ਪ੍ਰੋਡਕਟਿਵ ਕੀਤਾ, ਅਤੇ ਉਸ ਤੋਂ ਬਾਅਦ ਫਿਰ ਇੱਧਰ ਆ ਕੇ ਫਿਰ ਮੈਨੂੰ ਹੁਣ ਉਹਦੇ ਨਾਲੋਂ ਵੀ ਬੈਟਰ ਫੀਲਿੰਗ ਆ ਵੀ ਹਾਂ ਮੈਂ ਕਿਸੇ ਦੀ ਹੈਲਪ ਕੀਤੀ ਜਾਂ ਕਿਸੇ ਨੂੰ ਅੱਜ ਸਹੀ ਗਾਈਡ ਕੀਤਾ, ਅਤੇ ਆਈ ਥਿੰਕ ਇਹ ਚੀਜ਼ ਬਹੁਤ ਇੰਪੋਰਟੈਂਟ ਆ। ਬਿਲਕੁਲ ਬਿਲਕੁਲ, ਜਦੋਂ ਤੁਸੀਂ ਤੁਹਾਨੂੰ ਐਪਰੀਸ਼ੀਏਸ਼ਨ ਮਿਲਦੀ ਹੈ ਤੁਹਾਡੇ ਕਲਾਇੰਟਸ ਤੋਂ ਤੁਹਾਡੇ, ਹੈ ਨਾ, ਸੋ ਉਹ ਵੀ ਇੱਕ ਵਧੀਆ ਚੀਜ਼ ਹੈਗੀ ਹੈ। ਇੰਸ਼ੋਰੈਂਸ ਦੇ ਵਿੱਚ ਮੈਂ ਜਾਣਨਾ ਚਾਹੂੰਗਾ ਵੀ ਤੁਸੀਂ ਐਂਟਰ ਕੀਤਾ LLP ਐਗਜ਼ਾਮ ਹੁੰਦਾ ਰਾਈਟ, ਜਿਹੜਾ ਦੇਖ ਕੇ ਤੁਸੀਂ ਐਜ ਏ ਇੰਸ਼ੋਰੈਂਸ ਐਡਵਾਈਜ਼ਰ ਬਣ ਸਕਦੇ ਹੋ ਗਏ, ਸੋ ਕਿਸ ਤਰ੍ਹਾਂ ਦੀ ਜਰਨੀ ਰਹੀ ਇੰਸ਼ੋਰੈਂਸ ਦੀ ਜਦੋਂ ਤੁਸੀਂ ਸਟਾਰਟ ਕੀਤਾ, ਵਾਜ਼ ਇਟ ਡਿਫੀਕਲਟ? ਪਹਿਲਾਂ ਤਾਂ ਤੁਸੀਂ ਦੱਸੋ ਵੀ ਜਿਹੜੀ ਇਹਦੀ ਸਟੱਡੀ ਹੈਗੀ ਆ ਤੋ ਕਿੰਨੀ ਕੁ ਹਾਰਡ ਹੈਗੀ ਆ, ਹਰ ਕੋਈ ਕਰ ਸਕਦਾ ਜਾਂ ਇਟ ਟੇਕਸ ਟਾਈਮ? ਸਟੱਡੀ ਤਾਂ ਕੋਈ ਬਹੁਤ ਜ਼ਿਆਦਾ ਹਾਰਡ ਨਹੀਂ, ਐਸ ਤੁਸੀਂ ਵੀ ਆਪਦੇ ਆਲੇ ਦੁਆਲੇ ਦੇਖੋਗੇ ਬਹੁਤ ਕਾਫੀ ਗਿਣਤੀ ਦੇ ਵਿੱਚ LLQP ਪਾਸ ਕਰਕੇ ਇੰਸ਼ੋਰੈਂਸ ਦਾ ਲਾਇਸੈਂਸ ਲਿਆ ਹੋਇਆ ਹੈ, ਸੋ ਲਾਇਸੈਂਸ ਲੈਣਾ ਔਖਾ ਨਹੀਂ, ਪਰ ਇਹਨੂੰ ਸਮਝਣਾ,
ਪ੍ਰੋਡਕਟਸ ਨੂੰ ਸਿੱਖਣਾ ਅਤੇ ਈਚ ਕਲਾਇੰਟ ਦੀ ਜ਼ਰੂਰਤ ਨੂੰ ਸਮਝਣਾ। ਇਹ ਨਹੀਂ ਕਿ ਤੁਸੀਂ ਹਰੇਕ ਨੂੰ ਜਿਵੇਂ ਇੱਕ ਹੀ ਚੀਜ਼ ਸਰਵ ਕਰੀ ਜਾਵੋ। ਤੁਹਾਨੂੰ ਆਪਦੇ ਸਾਹਮਣੇ ਬੈਠਾ ਜਿਹੜਾ ਬੰਦਾ ਕਿ ਫਾਈਨੈਂਸ਼ਲੀ ਉਹਦੀਆਂ ਕੀ ਜ਼ਰੂਰਤਾਂ ਹੈ, ਆਉਣ ਵਾਲਾ ਉਹਦੀ ਫਿਊਚਰ ਪਲੈਨਿੰਗ ਕੀ ਆ, ਉਹ ਇਸ ਟਾਈਮ ਕਿੰਨੀ ਕੁ ਮਨੀ ਇੰਸ਼ੋਰੈਂਸ 'ਚ ਪਾ ਸਕਦਾ, ਉਹਦੇ ਇਨਵੈਸਟਮੈਂਟ ਨੂੰ ਲੈ ਕੇ ਕੀ ਪਲੈਨ ਆ। ਸੋ ਹਰੇਕ ਕਲਾਇੰਟ ਨੂੰ ਜਿਵੇਂ ਉਹਦੀਆਂ ਜ਼ਰੂਰਤਾਂ ਨੂੰ ਸੈਟਿਸਫਾਈਡ ਕਰਨਾ, ਅਤੇ ਇਹ ਸਭ ਤੋਂ ਵੱਡੀ ਚੀਜ਼ ਹੁੰਦੀ ਹੈ। ਐਲ ਐਲ ਕਿਊ ਪੀ ਦਾ ਲਾਇਸੈਂਸ ਲੈਣਾ ਹੀ ਇਨਫ ਨਹੀਂ ਹੁੰਦਾ ਇੱਕ ਇੰਸ਼ੋਰੈਂਸ ਐਡਵਾਈਜ਼ਰ ਬਣਨ ਲਈ। ਬਿਲਕੁਲ, ਖਾਸ ਕਰ ਇੰਸ਼ੋਰੈਂਸ ਦੀ ਫੀਲਡ ਵਿੱਚ ਦੋ ਕੰਬੀਨੇਸ਼ਨ ਆ ਜਾਂਦੇ ਨੇ। ਇੱਕ ਤਾਂ ਤੁਹਾਡੀ ਪ੍ਰੋਟੈਕਸ਼ਨ, ਚਾਹੇ ਉਹ ਹੈਲਥ ਦੀ ਹੈਗੀ ਹੈ ਚਾਹੇ ਲਾਈਫ ਇੰਸ਼ੋਰੈਂਸ ਹੈਗੀ ਹੈ, ਰਾਈਟ। ਦੂਜੀ ਇਹਦੇ ਵਿੱਚ ਇਨਵੈਸਟਮੈਂਟ ਪਾਰਟ ਵੀ ਹੁਣ ਆ ਗਿਆ, ਰਾਈਟ, ਕਾਫੀ ਵੱਡਾ ਜੋ ਪਲੇ ਰੋਲ ਪਲੇ ਕਰਦਾ ਹੈਗਾ। ਸੋ ਦੋਨਾਂ ਨੂੰ ਪ੍ਰੋਪਰ ਅੰਡਰਸਟੈਂਡ ਕਰਨਾ ਵੀ ਕਾਫੀ ਵੱਡੀ ਗੱਲ ਹੁੰਦੀ ਹੈ। ਮੈਂ ਦੇਖਿਆ ਬਹੁਤ ਸਾਰੇ ਲੋਕਾਂ ਨੂੰ ਨਹੀਂ ਪਤਾ ਹੁੰਦਾ, ਸਾਰੀ ਪ੍ਰੋਡਕਟ ਦੀ ਨੌਲੇਜ ਨਹੀਂ ਹੁੰਦੀ, ਜਾਂ ਫਿਰ ਸਮਝ ਨਹੀਂ ਆਉਂਦੀ ਵੀ ਬੰਦੇ ਦੇ ਕੀ ਗੋਲਸ ਹੈਗੇ ਨੇ, ਕਿਸ ਤਰ੍ਹਾਂ ਦੇ ਉਹਨਾਂ ਨੂੰ ਐਡਵਾਈਸ ਕਰਨੀ ਹੈਗੀ ਹੈ ਨਾ। ਬਿਲਕੁਲ ਬਿਲਕੁਲ। ਸੋ ਹਰੇਕ ਇਨਸਾਨ ਦੀ ਜ਼ਰੂਰਤ ਅਲੱਗ ਹੁੰਦੀ ਹੈ, ਉਹਨੂੰ ਸਮਝ ਕੇ ਉਹਨੂੰ ਪ੍ਰੋਡਕਟ ਐਡਵਾਈਸ ਕਰਨਾ ਬੈਸਟ ਥਿੰਗ ਆ, ਇਨਸਟੈਡ ਕਿ ਤੁਸੀਂ ਹਰੇਕ ਨੂੰ ਇੱਕੋ ਤਰ੍ਹਾਂ ਦਾ ਪ੍ਰੋਡਕਟ ਸੇਲ ਕਰੀ ਜਾਓ। ਉਹਦੇ ਲਈ ਤੁਹਾਨੂੰ ਆਪਦੀ ਜਿਹੜੀ ਤੁਹਾਡੀ ਸੈਲਫ ਸਟੱਡੀ ਆ ਉਹਦਾ ਹੋਣਾ ਜ਼ਰੂਰੀ ਹੈ। ਜੇ ਤੁਹਾਨੂੰ ਪ੍ਰੋਡਕਟ ਦੀ ਨੌਲੇਜ ਹੋਊਗੀ ਤਾਂ ਤੁਸੀਂ ਇੱਕ, ਮੈਂ ਚਾਹੂੰਗੀ ਕਿ ਤੁਹਾਡਾ ਓਨੈਸਟ ਹੋਣਾ, ਕਿਉਂਕਿ ਜੇ ਤੁਸੀਂ ਸਿਰਫ ਆਪਦੇ ਹੀ ਮਨੀ ਬਣਾਉਣ 'ਤੇ ਫੋਕਸ ਕਰ ਰਹੇ ਹੋ ਤਾਂ ਤੁਸੀਂ ਕਦੇ ਸਾਹਮਣੇ ਵਾਲੇ ਬੰਦੇ ਦੀ ਜ਼ਰੂਰਤ ਨੂੰ ਅੰਡਰਸਟੈਂਡ ਨਹੀਂ ਕਰੋਗੇ। ਸੋ ਤੁਹਾਡਾ ਜੇ ਤੁਸੀਂ ਲੌਂਗ ਟਰਮ ਇਹ ਬਿਜ਼ਨਸ 'ਚ ਰਹਿਣਾ ਹੈ ਤਾਂ ਆਈ ਵੁੱਡ ਸੇ ਕਿ ਤੁਹਾਡਾ ਓਨੈਸਟ ਹੋਣਾ ਬਹੁਤ ਜ਼ਰੂਰੀ ਆ। ਤੁਸੀਂ ਆਪਦੀਆਂ ਜਿਹੜੀਆਂ ਭਾਵਨਾਵਾਂ ਉਹਨਾਂ ਨੂੰ ਕੰਟਰੋਲ ਕਰਕੇ ਦੂਜੇ ਇਨਸਾਨ ਦੀ ਜਗ੍ਹਾ 'ਤੇ ਆਪਦੇ ਆਪ ਨੂੰ ਖੜਾ ਕਰਕੇ ਦੇਖੋ ਵੀ ਜੇ ਮੈਂ ਇਹਦੀ ਸੱਚੀ ਹੈਲਪ ਕਰਨੀ ਹੈ। ਅਤੇ ਜੇ ਤੁਸੀਂ ਸੱਚੀ ਕਰੋਗੇ ਤਾਂ ਉਹ ਇੱਕ ਕਲਾਇੰਟ ਉਹਦੀਆਂ ਬਲੈਸਿੰਗਸ ਐਂਡ ਜਿਹੜੀਆਂ ਉਹ ਅੱਗੋਂ ਹੋਰ ਲੋਕਾਂ ਨੂੰ ਤੁਹਾਨੂੰ ਰੈਫਰੈਂਸ ਦਿੰਦਾ ਹੈ, ਉਹ ਤੁਹਾਨੂੰ ਬਹੁਤ ਅੱਗੇ ਲੈ ਕੇ ਜਾਂਦੀ ਹੈ। ਜੇ ਤੁਸੀਂ ਕਹੋ ਵੀ ਓਕੇ ਇੱਕ ਕਲਾਇੰਟ ਮੇਰੇ ਕੋਲ ਆ ਗਿਆ ਜਾਂ ਇਹ ਕੋਈ ਬੰਦਾ ਮੇਰੇ 'ਤੇ ਟਰੱਸਟ ਕਰਦਾ, ਮੈਂ ਇਹਨੂੰ ਆਪਦੇ ਪਰਪਸ ਲਈ ਯੂਜ਼ ਕਰ ਲਾਂ, ਤਾਂ ਉਹ ਉੱਥੇ ਤੁਸੀਂ ਖਤਮ ਹੋਣਾ ਸ਼ੁਰੂ ਹੋ ਜਾਓਗੇ ਇਨਸਟੈਡ ਕਿ ਅੱਗੇ ਵਧਣ ਨਾਲੋਂ। ਸੋ ਰਾਈਟ ਮਾਈਂਡਸੈਟ ਹੋਣਾ ਇਸ ਲਈ ਬਹੁਤ ਜ਼ਰੂਰੀ ਹੈ। ਬਿਲਕੁਲ ਬਿਲਕੁਲ। ਸੋ ਜੇ ਤੁਸੀਂ ਉਹ ਸਰਵਿਸ ਮੈਂਟੈਲਿਟੀ ਨਹੀਂ ਹੈਗੀ ਤਾਂ ਫਿਰ ਇਹ 'ਚ ਸਕਸੈਸਫੁਲ ਹੋਣਾ ਮੁਸ਼ਕਲ ਹੈਗਾ। ਐਂਡ ਜਿੱਦਾਂ ਤੁਸੀਂ ਕਿਹਾ, ਬਹੁਤ ਸਾਰੇ ਲੋਕ LLQP ਪਾਸ ਕਰਕੇ ਇੰਸ਼ੋਰੈਂਸ ਐਡਵਾਈਜ਼ਰ ਬਣ ਜਾਂਦੇ ਨੇ, ਲਾਇਸੈਂਸ ਲੈ ਲੈਂਦੇ ਨੇ, ਲੇਕਿਨ ਫੇਲੀਅਰ ਰੇਟ ਵੀ ਬਹੁਤ ਜ਼ਿਆਦਾ, ਉਸ ਤੋਂ ਬਾਅਦ ਕੁਛ ਨਹੀਂ ਹੁੰਦਾ। ਤੁਸੀਂ ਵੀ ਦੇਖਿਆ ਹੋਣਾ ਬਹੁਤ ਸਾਰੇ ਲੋਕ ਇੰਸ਼ੋਰੈਂਸ ਵਿੱਚ ਆਉਂਦੇ ਨੇ, ਇਸ ਫੀਲਡ ਵਿੱਚ ਵੀ ਛੱਡ ਜਾਂਦੇ ਨੇ। ਤੁਸੀਂ ਕੀ ਕਹੋਗੇ ਜਿਹੜੇ ਬੰਦੇ ਇਸ ਲਾਈਨ ਨੂੰ ਦੇਖ ਰਹੇ ਆ, ਇਜ਼ ਇਟ ਅ ਗੁੱਡ ਕਰੀਅਰ ਸਟਿਲ ਜਾਂ ਫਿਰ ਬਹੁਤ ਜ਼ਿਆਦਾ ਕੰਪਲੀਟਿਵ ਹੋ ਗਿਆ? ਕੰਪੀਟੀਟਿਵ ਤਾਂ ਹਰੇਕ ਕਰੀਅਰ ਹੀ ਹੈਗਾ ਹੈ, ਕਿਤੇ ਵੀ ਚਲੇ ਜਾਈਏ। ਜਿਸ ਹਿਸਾਬ ਨਾਲ ਪਾਪੂਲੇਸ਼ਨ ਵੱਧ ਰਹੀ ਹੈ, ਨਵੇਂ ਪੜ੍ਹੇ ਲਿਖੇ ਲੋਕ ਕੈਨੇਡਾ 'ਚ ਐਵਰੀ ਡੇ ਲੱਖਾਂ ਦੀ ਗਿਣਤੀ 'ਚ ਲੈਂਡ ਕਰ ਰਹੇ ਆ, ਅਫਕੋਰਸ ਜਿੱਥੇ ਤੁਸੀਂ ਮਰਜ਼ੀ ਚਲੇ ਜਾਓ ਕੰਪੀਟੀਸ਼ਨ ਹੈਗਾ ਹੀ ਆ। ਤੁਸੀਂ ਆਪਦੇ ਆਪ ਨੂੰ ਉਹਨਾਂ ਤੋਂ ਕਿਵੇਂ ਅਲੱਗ ਬਣਾਉਣਾ ਇਹ ਤੁਹਾਡੇ 'ਤੇ ਡਿਪੈਂਡ ਕਰਦਾ। ਬੈਸਟ ਸਰਵਿਸ, ਤੁਹਾਡਾ ਲੈਵਲ ਆਫ ਐਜੂਕੇਸ਼ਨ, ਤੁਹਾਡੀ ਕੁਆਲੀਫਿਕੇਸ਼ਨ, ਅਤੇ ਦੂਜਿਆਂ ਨੂੰ ਹੈਲਪ ਕਰਨ ਦੀ ਜਿਹੜੀ ਤੁਹਾਡੇ ਅੰਦਰੋਂ ਭਾਵਨਾ ਹੈ, ਇਹ ਤੁਹਾਨੂੰ ਹਮੇਸ਼ਾ ਅੱਗੇ ਲਿਆ ਕੇ ਰੱਖਦੀ ਆ। ਸੋ ਇਹ ਡਿਫਰੈਂਸ਼ੀਏਟ ਤੁਹਾਡੀ ਆਪਣਾ ਐਟੀਟਿਊਡ ਕਰਦਾ ਆ। ਬਿਲਕੁਲ, ਤੁਹਾਡਾ ਆਪਦਾ ਐਟੀਟਿਊਡ ਆ। ਸੋ ਹਾਲੇ ਜਿਹੜੇ ਬੱਚੇ ਕਰ ਰਹੇ ਨੇ ਜਾਂ ਇਸ ਲਾਈਨ 'ਚ ਆਉਣਾ ਚਾਹੁੰਦੇ ਨੇ, ਸੋ ਤੁਸੀਂ ਕਹਿੰਦੇ ਵੀ ਇਹਦੇ ਵਿੱਚ ਬੰਦਾ ਸਿਗਨੀਫੀਕੈਂਟ ਪੈਸਾ ਬਣਾ ਸਕਦਾ ਅਗਰ ਪੂਰੇ ਮਾਈਂਡ ਨਾਲ ਕਰੇ, ਪੂਰੇ ਦਿਲ ਤੋਂ ਕੰਮ ਕਰੇ? ਸੋ ਇਜ਼ ਸਟਿਲ, ਮੇਰਾ ਕੁਐਸਚਨ ਇਹ ਸੀਗਾ, ਇਸ ਨੂੰ ਕਰੀਏ ਜੀ। ਸੋ ਮੈਂ ਤਾਂ ਕਹੂੰਗੀ ਜਿਵੇਂ ਮੈਂ ਬਹੁਤ ਇਹ ਫੀਲਡ 'ਚ ਐਂਟਰ ਹੋਣ ਤੋਂ ਬਾਅਦ ਆਲਮੋਸਟ ਇੱਕ ਸਾਲ ਦੇ ਅੰਦਰ ਅੰਦਰ ਆਪਦੀਆਂ ਦੂਜੀਆਂ ਜੋਬਸ ਨੂੰ ਫੁੱਲ ਟਾਈਮ ਰੀਪਲੇਸ ਕਰ ਲਿਆ ਸੀ, ਮੈਨੂੰ ਦੂਜੀਆਂ ਜੋਬਸ 'ਤੇ ਜਾਣ ਦੀ ਲੋੜ ਨਹੀਂ ਪਈ। ਤਾਂ ਮੈਂ ਤਾਂ ਇਹੀ ਕਹੂੰਗੀ ਵੀ ਜੇ ਮੈਂ ਕਰ ਸਕਦੀ ਹਾਂ ਤਾਂ ਕੋਈ ਵੀ ਕਰ ਸਕਦਾ ਹੈ। ਬਸ ਜ਼ਰੂਰਤ ਹੈਗੀ ਹੈ ਕਿ ਆਪਦਾ ਟਾਈਮ ਇਨਵੈਸਟ ਕਰਨ ਦੀ, ਸਿੱਖਣ ਦੀ, ਅਤੇ ਉਸ ਤੋਂ ਬਾਅਦ ਜੋ ਤੁਸੀਂ ਸਿੱਖਿਆ ਉਹਨੂੰ ਇੰਪਲੀਮੈਂਟ ਕਰਨ ਦੀ। ਯਾ ਥੋੜ੍ਹਾ ਜਿਹਾ ਆਪਣਾ ਸਰੋਤਿਆਂ ਵਾਸਤੇ ਦੱਸ ਦਈਏ ਵੀ ਜਿਹੜੀਆਂ ਦੋ ਤਰ੍ਹਾਂ ਦੀਆਂ ਇੰਸ਼ੋਰੈਂਸ ਹੁੰਦੀਆਂ ਇੱਥੇ, ਇੱਕ ਹੁੰਦੀ ਹੈ ਜਨਰਲ ਇੰਸ਼ੋਰੈਂਸ ਜਿਹਨੂੰ ਅਦਰ ਦੈਨ ਲਾਈਫ ਕਹਿ ਦਿੰਦੇ ਹਾਂ, ਰਾਈਟ, ਜਿਹਦੇ ਵਿੱਚ ਆਪਣੀ ਨੋਰਮਲ ਕਾਰ ਇੰਸ਼ੋਰੈਂਸ ਯੂਨੋ ਅਤੇ ਘਰਾਂ ਦੀ ਇੰਸ਼ੋਰੈਂਸ, ਇੱਦਾਂ ਦੇ ਪ੍ਰੋਡਕਟ ਆਉਂਦੇ ਨੇ। ਤੋ ਜਿਹੜੀ ਅੱਜ ਅਸੀਂ ਇੰਸ਼ੋਰੈਂਸ ਦੀ ਗੱਲ ਕਰ ਰਹੇ ਹਾਂ ਉਹ ਹੈਗੀ ਹੈ ਜਿਹੜੀ ਲਾਈਫ ਇੰਸ਼ੋਰੈਂਸ ਜਾਂ ਇਨਵੈਸਟਮੈਂਟ ਦੇ ਪ੍ਰੋਡਕਟਸ ਜਿਹਦੇ ਵਿੱਚ ਹੁੰਦੇ ਨੇ, ਹੈਲਥ ਇੰਸ਼ੋਰੈਂਸ ਹੋ ਗਿਆ, ਕ੍ਰਿਟੀਕਲ ਇਲਨੈਸ ਬੰਦੀਆਂ ਉਹ 'ਚ ਪੋਲਿਸੀ ਕਵਰ ਕੀਤੀਆਂ ਜਾਂਦੀਆਂ ਹੈਗੀਆਂ। ਸੋ ਕੁਐਸਚਨ ਫਿਰ ਮੇਰਾ ਉਹੀ ਹੈ, ਜੇ ਕੰਮ ਕਰਨ 'ਤੇ ਆਵੇ ਬੰਦਾ ਕਿੰਨੇ ਕੁ ਪੈਸੇ ਬਣਾ ਲੈਂਦਾ ਇਹਦੇ ਵਿੱਚ? ਇਹ ਤਾਂ ਤੁਸੀਂ ਬਹੁਤ ਔਖਾ ਕੁਐਸਚਨ ਪੁੱਛ ਲਿਆ। ਇਹ ਤਾਂ ਬਣਾਉਣ ਵਾਲੇ 'ਤੇ ਡਿਪੈਂਡ ਕਰਦਾ। ਬਣਾਉਣ ਵਾਲੇ ਤਾਂ ਮੈਂ ਕਹੂੰਗੀ ਕਿ ਮਹੀਨੇ ਦਾ 30,000 50,000 ਵੀ ਬਣਾਈ ਜਾਂਦੇ ਹੋਣਗੇ। ਪਰ ਜਿਵੇਂ ਔਨ ਐਵਰੇਜ 5-7,000 ਬੰਦਾ ਜੇ ਵਧੀਆ ਕੋਈ ਮਿਹਨਤ ਕਰਦਾ ਹੈ, 8 ਘੰਟੇ ਰੋਜ਼ ਲਾਉਂਦਾ, ਤਾਂ ਘੱਟੋ ਘੱਟ ਬਣਾ ਸਕਦਾ ਹੈ।
ਜੇ ਕਲਾਇੰਟ ਬੇਸ ਚੰਗਾ ਹੈਗਾ ਆ ਤੁਹਾਡੇ ਕੋਲ ਰੈਫਰੈਂਸ ਵੀ ਤੁਹਾਨੂੰ ਮਿਲਦੀ ਹੈਗੀ ਆ ਜੀ ਸੋ ਬਾਲ ਪਾਰਕ ਫਿਗਰ ਨੋਰਮਲੀ ਕੈਨੇਡਾ 'ਚ ਦੇਖਿਆ ਗਿਆ ਮੈਂ ਦੇਖਿਆ ਵੀ ਲੱਖ ਡਾਲਰ ਲੋਕ ਮੰਨਦੇ ਆ ਵੀ ਵਧੀਆ ਹੈਗੀ ਹੈ ਜਿਹੜਾ ਲੱਖ ਡਾਲਰ ਨੂੰ ਹੱਥ ਪਾਉਂਦਾ ਹੈਗਾ ਤਾਂ ਉਹਦੀ ਲਾਈਫ ਠੀਕ ਠਾਕ ਹੁੰਦੀ ਹੈ ਇੱਥੇ ਹੈ ਨਾ ਜੀ ਸੋ ਇਹ 'ਚ ਪੋਸੀਬਲ ਹੈਗਾ ਲੱਖ ਡਾਲਰ ਬਣਾਉਣਾ ਆ ਹਾਂਜੀ ਜ਼ਰੂਰ ਪੋਸੀਬਲ ਹੈਗਾ ਹੈ ਜੇ ਤੁਸੀਂ ਸਰਵਿਸ ਵਧੀਆ ਦਿੰਦੇ ਹੋ ਤੇ ਵਧੀਆ ਮਨ ਨਾਲ ਕੰਮ ਕਰਦੇ ਹੋ ਫੁੱਲ ਟਾਈਮ ਆਰਟਿਸਟ ਕੰਟੈਕਟ ਕਰਦੇ ਹੋ ਰਾਈਟ ਸੋ ਇਹ ਤਾਂ ਹੋ ਗਈ ਗੱਲ ਹੈ ਨਾ ਆਪਣੀ ਵੀ ਤੁਸੀਂ ਕਰ ਸਕਦੇ ਹੋ ਫੁੱਲ ਟਾਈਮ ਹਾਲੇ ਵੀ ਆਪਸ਼ਨ ਹੈਗੀ ਆ ਸੋ ਕਿੱਦਾਂ ਤੁਸੀਂ ਮਾਰਕੀਟ ਕਰਦੇ ਹੋ ਆਪਣੇ ਆਪ ਨੂੰ ਕੀ ਕੁਛ ਕਰਨਾ ਪੈਂਦਾ ਤੁਹਾਨੂੰ ਲੋਕਾਂ ਨੂੰ ਦੱਸਣ ਵਾਸਤੇ ਵੀ ਅਸੀਂ ਹੈਗੇ ਆ ਇੱਥੇ ਐਂਡ ਵੀ ਪ੍ਰੋਵਾਈਡ ਦ ਬੈਸਟ ਸਰਵਿਸਿਜ਼ ਤੋ ਉਹਦੇ ਵਾਸਤੇ ਕੀ ਸਟ੍ਰੈਟਜੀ ਹੁੰਦੀ ਹੈ ਸੋ ਸਭ ਤੋਂ ਪਹਿਲਾਂ ਤਾਂ ਜਿਵੇਂ ਮਾਰਕੀਟਿੰਗ ਨੂੰ ਲੈ ਕੇ ਮੇਰਾ ਇੱਕ ਇਹ ਹੁੰਦਾ ਹੈ ਕਿ ਮੈਂ ਅਵੇਅਰਨੈਸ ਨੂੰ ਸਪਰੈਡ ਕਰਦੀ ਹਾਂ ਮੈਨੂੰ ਲੱਗਦਾ ਹੁੰਦਾ ਕਿ ਇੰਸ਼ੋਰੈਂਸ ਨੂੰ ਲੈ ਕੇ ਅੱਜ ਦੇ ਟਾਈਮ 'ਚ ਕਮਿਊਨਿਟੀ 'ਚ ਜਾਂ ਓਵਰਆਲ ਕੈਨੇਡਾ ਦੇ ਵਿੱਚ ਕੁਛ ਮਿਥਸ ਬਣੀਆਂ ਹੋਈਆਂ ਇੱਕ ਤਾਂ ਇੰਸ਼ੋਰੈਂਸ ਐਡਵਾਈਜ਼ਰ ਦਾ ਨਾਂ ਸੁਣ ਕੇ ਸਾਰਿਆਂ ਨੂੰ ਐਂ ਹੁੰਦਾ ਵੀ ਇਹ ਸਾਨੂੰ ਕੋਈ ਲੁੱਟਣ ਵਾਲਾ ਆ ਗਿਆ ਭੱਜ ਲਓ ਸੋ ਮੈਂ ਇਹ ਪ੍ਰੂਵ ਕਰਨਾ ਚਾਹੁੰਦੀ ਹੁੰਦੀ ਹਾਂ ਆਪਦੀ ਹਰੇਕ ਵੀਡੀਓ 'ਚ ਕਿ ਆਪਾਂ ਤੁਹਾਡੀ ਸਰਵਿਸ ਲਈ ਹਾਂ ਲੁੱਟਣ ਵਾਸਤੇ ਨਹੀਂ ਹੋ ਸਕਦਾ ਕੋਈ ਪਰਟੀਕੁਲਰ ਗਰੁੱਪ ਹੋਵੇ ਕਿ ਉਹਨਾਂ ਦਾ ਜਿਹੜਾ ਫੋਕਸ ਆ ਸਰਵਿਸ 'ਤੇ ਨਾ ਹੋਵੇ ਪਰ ਆਪਣਾ ਫੋਕਸ ਹਮੇਸ਼ਾ ਪ੍ਰੋਡਕਟਸ 'ਤੇ ਹੁੰਦਾ ਅਤੇ ਕਲਾਇੰਟ ਦੀ ਹੈਲਪ ਕਰਨ ਨੂੰ ਲੈ ਕੇ ਹੁੰਦਾ ਹੈ ਸੋ ਮੈਂ ਸਿਰਫ ਅਵੇਅਰਨੈਸ ਨੂੰ ਸਪਰੈਡ ਕਰਨ ਦੀ ਕੋਸ਼ਿਸ਼ ਕਰਦੀ ਹਾਂ ਕਿ ਕੋਈ ਵੀ ਇੰਸ਼ੋਰੈਂਸ ਨੂੰ ਲੈ ਕੇ ਕਿਸੇ ਫਰੋਡ ਦਾ ਵਿਕਟਮ ਨਾ ਹੋ ਸਕੇ ਜਿੰਨੀਆਂ ਵੀ ਤੁਸੀਂ ਮੇਰੀਆਂ ਵੀਡੀਓਜ਼ ਦੇਖੋਗੇ ਉਹਨਾਂ ਦਾ ਕੰਟੈਂਟ ਵੀ ਇਹੀ ਹੁੰਦਾ ਪ੍ਰੋਡਕਟ ਬੇਸਡ ਹੁੰਦਾ ਕਿ ਕਿੱਦਾਂ ਕਿੱਦਾਂ ਦੀਆਂ ਇੰਸ਼ੋਰੈਂਸ ਹੈਗੀਆਂ ਉਹਨਾਂ ਦੀ ਕੋਸਟ ਕਿੰਨੇ ਤੋਂ ਸ਼ੁਰੂ ਹੋ ਜਾਂਦੀ ਆ ਤਾਂ ਪ੍ਰੋਡਕਟ ਨੂੰ ਐਕਸਪਲੇਨ ਕੀਤਾ ਜਾਂਦਾ ਹੈ ਕਿ ਕਿਹੜੇ ਗਰੁੱਪ ਨੂੰ ਕਿੱਦਾਂ ਦੀ ਇੰਸ਼ੋਰੈਂਸ ਦੀ ਜ਼ਰੂਰਤ ਆ ਸੋ ਆਈ ਥਿੰਕ ਜਦੋਂ ਤੁਸੀਂ ਵਧੀਆ ਜਿਵੇਂ ਕੰਟੈਂਟ ਦਿੰਦੇ ਹੋ ਤਾਂ ਆਪੇ ਫਿਰ ਲਾਈਕ ਕੀਤਾ ਜਾਂਦਾ ਹੈ ਬਿਲਕੁਲ ਜਦੋਂ ਤੁਸੀਂ ਅਵੇਅਰ ਕਰਦੇ ਹੋ ਐਜੂਕੇਸ਼ਨ ਦਿੰਦੇ ਹੋ ਮੈਂ ਦੇਖਿਆ ਤੁਹਾਡੇ ਵੀਡੀਓਜ਼ ਬਹੁਤ ਐਜੂਕੇਸ਼ਨ ਹੁੰਦੇ ਆ ਤੇ ਮੈਂ ਤੁਹਾਡਾ ਲਿੰਕ ਜਿਹੜਾ ਹੈਗਾ ਤੁਹਾਡੇ ਸੋਸ਼ਲ ਮੀਡੀਆ ਦਾ ਆਪਣੇ ਇਹਦੇ 'ਚ ਪਾ ਦਾਂਗਾ ਤੁਸੀਂ ਜ਼ਰੂਰ ਇੱਕ ਵਾਰੀ ਚੈੱਕ ਕਰ ਲੈਣਾ ਅਤੇ ਬਹੁਤ ਵਧੀਆ ਵੀਡੀਓਜ਼ ਹੁੰਦੇ ਨੇ ਬਹੁਤ ਟੂ ਦਾ ਪੁਆਇੰਟ ਜਿਹੜਾ ਸਟੀਕ ਇਨਫੋਰਮੇਸ਼ਨ ਹੁੰਦੀ ਹੈਗੀ ਆ ਕੋਈ ਅਪਸੈਲਿੰਗ ਕੁਛ ਮਾਰਕੀਟਿੰਗ ਕੁਛ ਨਹੀਂ ਹੁੰਦਾ ਹੈਗਾ ਵੀ ਸਾਡੇ ਤੋਂ ਇਹ ਲੈ ਲਓ ਸਾਡੇ ਤੋਂ ਲੈ ਲਓ ਐਂਡ ਆਈ ਲਾਈਕ ਦੈਟ ਇਹ ਹੋਣਾ ਵੀ ਇੱਦਾਂ ਹੀ ਚਾਹੀਦਾ ਐਕਚੁਲੀ ਬਾਕੀ ਗੱਲ ਇਹ ਹੈ ਕਿ ਵੀ ਜ਼ਰੂਰਤ ਦੱਸਣੀ ਬੰਦੇ ਨੂੰ ਉਹ ਅਸੈਸ ਕਰਨਾ ਬਹੁਤ ਜ਼ਰੂਰੀ ਹੈ ਵੀ ਨੀਡ ਕੀ ਹੈਗੀ ਹੈ ਕਸਟਮਰ ਦੀ ਰਾਈਟ ਰੀਅਲੀ ਦੈਟ ਹੁਣ ਲੋਕ ਇਹਦੇ ਵਿੱਚ ਇੱਕ ਚੀਜ਼ ਮੈਂ ਦੇਖਿਆ ਇੰਸ਼ੋਰੈਂਸ ਇੰਡਸਟਰੀ 'ਚ ਕਈ ਲੋਕ ਇਹ ਕੰਪਲੇਂਟ ਕਰਦੇ ਵੀ ਫੀਅਰ ਮੌਂਗਰਿੰਗ ਜ਼ਿਆਦਾ ਕੀਤੀ ਜਾਂਦੀ ਹੈ ਐਡਵਾਈਜ਼ਰ ਦੀ ਤਰਫ ਤੋਂ ਤੁਹਾਨੂੰ ਇਹ ਹੋ ਜਾਏਗਾ ਤੁਸੀਂ ਇਹ ਪੋਲਿਸੀ ਲੈ ਲਓ ਗਾਈਡ ਕਰਨਾ ਆਈ ਥਿੰਕ ਚਾਹੀਦਾ ਜ਼ਰੂਰੀ ਵੀ ਸਿਰਫ ਆਪਣਾ ਪ੍ਰੋਡਕਟ ਵੇਚਣ 'ਤੇ ਫਿਰ ਕਿਤੇ ਨਾ ਕਿਤੇ ਪੁਆਇੰਟ 'ਤੇ ਉਹਨਾਂ ਨੂੰ ਲੱਗਦਾ ਕਈ ਵਾਰ ਉਹ ਪੋਲਿਸੀ ਕਰਵਾ ਵੀ ਲੈਂਦੇ ਨੇ ਐਂਡ ਦੈਨ ਦੇ ਫੀਲ ਪੇਨ ਆਫ ਪੇਇੰਗ ਇਟ ਆਫਟਰ ਫਿਊ ਮੰਥਸ ਈਅਰਸ ਉਹ ਡਰੋਪ ਕਰਦੇ ਨੇ ਪੋਲਿਸੀ ਰਾਈਟ ਲੈਪਸ ਹੋ ਜਾਂਦੀਆਂ ਐਂਡ ਦੈਟ ਇਜ਼ ਨੋਟ ਅ ਵੈਰੀ ਗੁੱਡ ਪ੍ਰੈਕਟਿਸ ਆਈ ਥਿੰਕ ਆਲਸੋ ਰਾਈਟ ਆਈ ਥਿੰਕ ਤੁਹਾਡੇ ਵਾਸਤੇ ਵੀ ਨਹੀਂ ਚੰਗਾ ਹੈਗਾ ਉਹਨਾਂ ਵਾਸਤੇ ਵੀ ਨਹੀਂ ਚੰਗਾ ਹੈਗਾ ਦੇ ਸ਼ੁੱਡ ਬੀ ਅ ਸਮਥਿੰਗ ਸਵੀਟ ਸਪੋਟ ਦੋਨਾਂ ਵਾਸਤੇ ਵੀ ਵਿਨ ਵਿਨ ਹੋਵੇ ਕਲਾਇੰਟ ਵਾਸਤੇ ਵੀ ਉਹਦੇ ਵਿੱਚ ਕੁਛ ਨਾ ਕੁਛ ਵੈਲਿਊ ਨਿਕਲੇ ਜੋ ਪੋਲਿਸੀ ਔਰ ਰਾਈਟ ਪੋਲਿਸੀ ਜਿਹੜੀ ਰਾਈਟ ਫਿੱਟ ਹੈਗੀ ਆ ਉਹਨਾਂ ਨੂੰ ਐਡਵੋਕੇਟ ਕੀਤੀ ਜਾਵੇ ਸੋ ਉਹ ਤੁਹਾਡੇ ਤੋਂ ਮੈਨੂੰ ਬੜੀ ਸੈਂਸ ਆਉਂਦੀ ਤੁਹਾਡੇ ਵੀਡੀਓ ਦੇਖ ਕੇ ਵੀ ਹਾਂ ਵਧੀਆ ਗੱਲਬਾਤ ਕਰਦੇ ਹੈਗੇ ਤੁਸੀਂ ਸੋ ਬੇਸਿਕਲੀ ਜੇ ਆਪਾਂ ਮੇਨ ਮੇਨ ਪੋਲਿਸੀ ਦੀ ਗੱਲ ਕਰੀਏ ਕੈਨੇਡਾ ਦੇ ਵਿੱਚ ਇੰਸ਼ੋਰੈਂਸ ਬਹੁਤ ਵੱਡੀ ਚੀਜ਼ ਆ ਪਹਿਲਾਂ ਕਰਦੇ ਸੀ ਇਸ ਇੰਡਸਟਰੀ ਦੇ ਵਿੱਚ ਮੈਨੂੰ ਲੱਗਦਾ ਹਾਲੇ ਗਰੋਥ ਵੀ ਹੋਰ ਬਹੁਤ ਆਉਣੀ ਹੈਗੀ ਆ ਜਿੱਦਾਂ ਜਿੱਦਾਂ ਪਾਪੂਲੇਸ਼ਨ ਇਨਕਰੀਜ਼ ਹੋ ਰਹੀ ਹੈ ਇੰਸ਼ੋਰੈਂਸ ਇੱਕ ਤਰ੍ਹਾਂ ਦੀ ਜ਼ਰੂਰਤ ਹੈ ਇੱਥੇ ਰਾਈਟ ਸੋ ਖਾਸ ਕਰ ਕੁਛ ਇੰਸ਼ੋਰੈਂਸ ਤਾਂ ਮੈਨੂੰ ਲੱਗਦਾ ਮੈਂਡੇਟਰੀ ਹੋਣੀ ਚਾਹੀਦੀ ਹੈ ਜਿਵੇਂ ਆਪਾਂ ਗੱਡੀ ਦੀ ਇੰਸ਼ੋਰੈਂਸ ਕਰਾਉਂਦੇ ਹਾਂ ਮੈਨੂੰ ਲੱਗਦਾ ਇੱਕ ਆਪਣੇ ਬੰਦੇ ਨੂੰ ਇੰਸ਼ੋਰੈਂਸ ਵੀ ਕਰਾਉਣੀ ਚਾਹੀਦੀ ਹੈ ਇਹ ਤਾਂ ਕਾਮਨ ਸੈਂਸ ਵਾਲੀ ਗੱਲ ਹੈ ਇਹ ਮੈਨੂੰ ਲੱਗਦਾ ਇਹ ਕੰਪਲਸਰੀ ਹੋਣੀ ਚਾਹੀਦੀ ਹੈ ਰਾਈਟ ਹਾਂਜੀ ਪਰ ਗੱਡੀ ਦੀ ਇੰਸ਼ੋਰੈਂਸ ਮੈਂਡੇਟਰੀ ਹੋਣ ਕਰਕੇ ਸਾਰੇ ਹੱਸ ਕੇ 300-400 ਮਹੀਨੇ ਦਾ ਦਿੰਦੇ ਆ ਤੇ ਕੋਈ ਇਹ ਵੀ ਨਹੀਂ ਪੁੱਛਦਾ ਵੀ ਸਾਨੂੰ ਐਂਡ ਤੇ ਕੁਝ ਬੈਕ ਆਉਣਾ ਜਾਂ ਨਹੀਂ ਆਉਣਾ ਪਰ ਲਾਈਫ ਇੰਸ਼ੋਰੈਂਸ ਦੇ ਮੈਟਰ 'ਚ ਜੇ ਅਸੀਂ $12 ਵਾਲਾ ਪਲਾਨ ਵੀ ਰਿਕਮੈਂਡ ਕਰਦੀ ਵੀ ਓਕੇ ਤੁਸੀਂ $12 ਹਰੇਕ ਮਹੀਨੇ ਦੇ ਰਹੇ ਹੋ ਰੱਬ ਨਾ ਕਰੇ ਕੁਛ ਮਿਸ ਹੈਪਨ ਹੁੰਦਾ ਤਾਂ ਪਰਿਵਾਰ ਵਾਸਤੇ 1 ਲੱਖ ਦੀ ਕਵਰੇਜ ਹੈਗੀ ਆ ਫਿਰ ਵੀ ਇਹ ਸਵਾਲ ਕੀਤਾ ਜਾਂਦਾ ਕਿ ਐਟ ਦ ਐਂਡ ਸਾਨੂੰ ਕੀ ਮਿਲੂਗਾ ਜੇ ਸਾਨੂੰ ਕੁਛ ਨਾ ਹੋਇਆ ਸਿਰਫ $12 ਦੇ ਵਿੱਚ ਆਈ ਥਿੰਕ 1 ਲੱਖ ਦੀ ਕਵਰੇਜ ਮਿਲ ਰਹੀ ਆ ਉਹ ਇੱਕ ਬਹੁਤ ਵੱਡੀ ਗੱਲ ਆ ਤੇ ਕਾਰ ਇੰਸ਼ੋਰੈਂਸ 'ਚ ਤੁਸੀਂ 300-400 ਪੇ ਕਰਕੇ ਕਦੇ ਨਹੀਂ ਪੁੱਛਦੇ ਵੀ ਸਾਡਾ ਐਕਸੀਡੈਂਟ ਕਦੇ ਨਾ ਹੋਇਆ ਤਾਂ ਸਾਨੂੰ ਐਂਡ ਤੇ ਕੀ ਮਿਲੂਗਾ ਜਸਟ ਬਿਕਾਜ਼ ਉਹ ਮੈਂਡੇਟਰੀ ਆ ਜੀ ਬਿਲਕੁਲ ਆਪਾਂ ਗੱਡੀ ਦੀ ਇੰਸ਼ੋਰੈਂਸ ਲੈਂਦੇ ਹਾਂ ਤਾਂ ਕਿ ਆਪਾਂ ਨੂੰ ਜਦੋਂ ਵੀ ਕੋਈ ਮਿਸ ਹੈਪਨਿੰਗ ਹੋਵੇ ਜਾਂ ਪ੍ਰੋਬਲਮ ਆਵੇ ਤਾਂ ਆਪਾਂ ਨੂੰ ਅਸਿਸਟੈਂਸ ਮਿਲੇ ਰਾਈਟ ਸਿਮਿਲਰਲੀ ਜਦੋਂ ਆਪਾਂ ਨੂੰ ਕੋਈ ਪ੍ਰੋਬਲਮ ਹੋ ਜਾਂਦੀ ਹੈ ਤੇ ਆਪਣੀ ਫੈਮਿਲੀ ਵਾਸਤੇ ਦੇਖੋ ਰਿਪਲੇਸਮੈਂਟ ਤਾਂ ਨਹੀਂ ਹੋ ਸਕਦੀ ਮਨੀ ਦੇ ਨਾਲ ਬਟ ਹੈਲਪ ਜ਼ਰੂਰ ਹੁੰਦੀ ਹੈ ਰਾਈਟ ਤਾਂ ਬਹੁਤ ਸਾਰੇ ਖਰਚੇ ਹੁੰਦੇ ਨੇ ਜਾਂ ਤੁਹਾਡੀ ਫੈਮਿਲੀ ਓਬਲੀਗੇਸ਼ਨ ਹੁੰਦੀਆਂ ਉਹਨੂੰ ਅੰਡਰਸਟੈਂਡ ਕਰਨਾ ਜ਼ਰੂਰੀ ਹੈ ਸੋ ਇਹ ਨਹੀਂ ਹੋਣਾ ਚਾਹੀਦਾ ਵੀ ਆਪਾਂ ਨੂੰ
ਬਾਏ ਚੋਇਸ ਹੋਣੀ ਚਾਹੀਦੀ ਹੈ ਮੇਰੇ ਹਿਸਾਬ ਨਾਲ। ਲਾਈਫ ਇੰਸ਼ੋਰੈਂਸ ਇੱਕ ਇੱਦਾਂ ਦੀ ਚੀਜ਼ ਹੈ ਜੋ ਮੈਂਡੇਟਰੀ ਹੋਣੀ ਚਾਹੀਦੀ ਹੈ, ਕੰਪਲਸਰੀ ਹੋਣੀ ਚਾਹੀਦੀ, ਚਾਹੇ ਥੋੜ੍ਹਾ ਹੀ ਹੋਵੇ ਅਮਾਊਂਟ ਜਿੰਨਾ ਤੁਹਾਡੀ ਓਬਲੀਗੇਸ਼ਨ ਹੈਗੀ ਹੈ। ਜੀ, ਕਿਉਂਕਿ ਜਿਵੇਂ ਆਪਾਂ ਬੈਕ ਹੋਮ ਨਾਲ ਇੱਥੋਂ ਦਾ ਕੰਪੈਰੀਜ਼ਨ ਕਰੀਏ ਬਹੁਤ ਵੱਡਾ ਫਰਕ ਆ। ਉੱਥੇ ਸਾਡੇ 'ਤੇ ਘਰਾਂ ਦੇ ਲੋਨ ਨਹੀਂ ਹੁੰਦੇ, ਕਾਰਾਂ ਦੇ ਲੋਨ ਨਹੀਂ ਹੁੰਦੇ, ਪਰ ਇੱਥੇ ਲੋਨਸ ਹੁੰਦੇ ਆ। ਇੱਥੇ ਜਿਹੜੀ ਸਾਡੀ ਪੇ ਚੈੱਕ ਆ ਉਹ ਜੇ ਸਟੋਪ ਹੋ ਜੇ, ਆਪਾਂ ਇੱਕ ਦਿਨ ਵੀ ਕੰਮ 'ਤੇ ਨਾ ਜਾਈਏ, ਫਿਕਰ ਪੈ ਜਾਂਦਾ ਵੀ $100-$150 ਘੱਟ ਆਉਣਾ ਅਤੇ ਉਹ ਕਿੱਦਾਂ ਕਵਰ ਹੋਊਗਾ, ਖਰਚੇ ਇੰਨੇ ਵਧੇ ਹੋਏ ਆ। ਸੋ ਉਹ ਕਿਤੇ ਨਾ ਕਿਤੇ ਜੇ ਤੁਸੀਂ ਸੋਚੋ ਕਿ ਉਹ ਕਮਾਉਣ ਵਾਲਾ ਇਨਸਾਨ ਹੀ ਨਾ ਰਿਹਾ ਜਾਂ ਕਿਸੇ ਭਿਆਨਕ ਬਿਮਾਰੀ ਕਰਕੇ ਕੰਮ ਕਰਨ ਜੋਗਾ ਨਾ ਰਿਹਾ, ਤਾਂ ਉਹ ਟਾਈਮ 'ਤੇ, ਉਹ ਹਰ ਟਾਈਮ 'ਤੇ ਫਾਈਨੈਂਸਿਸ ਕਿੱਦਾਂ ਮੈਨੇਜ ਹੋਣਗੇ, ਇਹਦੀ ਪਲੈਨਿੰਗ ਐਡਵਾਂਸ 'ਚ ਹੋਣੀ ਜ਼ਰੂਰੀ ਹੈ। ਜਦੋਂ ਅਸੀਂ ਆਪਦੇ 25, 30, 35 'ਚ ਹੁੰਦੇ ਹਾਂ, ਸ਼ਾਇਦ ਅਸੀਂ ਇਹ ਗੱਲ ਬਾਰੇ ਸੋਚਦੇ ਨਹੀਂ, ਪਰ ਜਦੋਂ ਸਾਨੂੰ ਕੋਈ ਨਾ ਕੋਈ ਹੈਲਥ ਇਸ਼ੂ ਆ ਜਾਂਦਾ, ਅਸੀਂ ਫਿਰ ਸੋਚਣਾ ਸ਼ੁਰੂ ਕਰਦੇ ਹਾਂ। ਉਦੋਂ ਨੂੰ ਏਜ ਦੇ ਵਧਣ ਕਰਕੇ ਇੱਕ ਤਾਂ ਵੈਸੇ ਪ੍ਰੀਮੀਅਮ ਬਹੁਤ ਹਾਈ ਹੋ ਜਾਂਦੀ ਹੈ, ਸੈਕਿੰਡ ਕੋਈ ਹੈਲਥ ਇਸ਼ੂ ਆਨ ਕਰਕੇ ਪਾਲਿਸੀ ਸਟੈਂਡਰਡ ਰੇਟ 'ਤੇ ਵੀ ਨਹੀਂ ਮਿਲਦੀ, ਕੰਪਨੀਜ਼ ਵੀ ਤੁਹਾਡਾ ਰਿਸਕ ਲੈਣ ਤੋਂ ਡਰਦੀਆਂ ਹੈ ਅਤੇ ਉਹ ਤੁਹਾਡਾ ਰੇਟ ਵਧਾ ਦਿੰਦੀਆਂ। ਇਹਦਾ ਸਾਨੂੰ ਕਿਤੇ ਨਾ ਕਿਤੇ ਫਿਰ ਲੇਟਰ ਔਨ ਨੁਕਸਾਨ ਹੁੰਦਾ। ਸੋ ਮੇਰੀ ਰਿਕੁਐਸਟ ਹਮੇਸ਼ਾ ਕਲਾਇੰਟਸ ਨੂੰ ਇਹ ਹੁੰਦੀ ਹੈ ਕਿ ਜਿੰਨੀ ਤੁਸੀਂ ਯੰਗ ਏਜ ਦੇ ਵਿੱਚ ਪਾਲਿਸੀ ਲੈ ਲਓਗੇ, ਓਨਾ ਹੀ ਤੁਹਾਨੂੰ ਫਾਇਦਾ ਹੈ। ਜਿੰਨੇ ਯੰਗ ਏਜ 'ਚ ਫਿਰ ਲੰਬੀ ਅਮੋਰਟਾਈਜੇਸ਼ਨ ਵੀ ਉਹਦੀ ਮੈਨੂੰ ਲੱਗਦਾ ਲੰਬੀ ਹੁੰਦੀ ਹੈ, ਰਾਈਟ? ਕਰਨੀ ਕਿਉਂਕਿ ਬਾਕੀ ਡਿਪੈਂਡ ਕਰਦਾ ਵੀ ਤੁਹਾਡਾ ਅੱਗੇ ਕੀ ਗੋਲ ਹੈਗਾ। ਜੇ ਤੁਸੀਂ ਲੱਗਦਾ ਹੈ ਵੀ 20-30 ਸਾਲ ਬਾਅਦ ਤੁਹਾਡੀ ਐਪਲੀਕੇਸ਼ਨ ਖਤਮ ਹੋ ਜਾਣੀ ਹੈ, ਤੁਸੀਂ ਉਸ ਹਿਸਾਬ ਨਾਲ ਤੁਸੀਂ ਲੈ ਲਓ। ਆਈ ਥਿੰਕ ਇਹਦੀ ਤਾਂ ਟਰਮ ਹੁੰਦੀ ਹੈਗੀ, ਰਾਈਟ? ਹਾਂਜੀ, 20-30 ਸਾਲ। ਹਾਂਜੀ, ਤੁਹਾਡੀ ਚੋਇਸ ਹੁੰਦੀ ਹੈ ਕਿ ਤੁਸੀਂ ਪਾਲਿਸੀ ਨੂੰ ਆਉਂਦੇ 20 ਸਾਲ, 30 ਸਾਲ, 40 ਸਾਲ, 65 ਦੀ ਏਜ ਤੱਕ ਜਾਂ 100 ਸਾਲ ਤੱਕ ਲੈਣਾ। ਪਰ ਜਿੰਨੀ ਜ਼ਿਆਦਾ ਲੰਮੇ ਟਾਈਮ ਲਈ ਆਪਾਂ ਰਿਸਕ ਨੂੰ ਕਵਰ ਕਰਦੇ ਹਾਂ, ਓਨਾ ਹੀ ਪ੍ਰੀਮੀਅਮ ਜ਼ਿਆਦਾ ਹੁੰਦਾ। ਪਰ ਇੱਕ ਕਾਮਨ ਰਿਕਮੈਂਡੇਸ਼ਨ ਹਰੇਕ ਲਈ ਹੁੰਦੀ ਹੈ ਕਿ ਐਟਲੀਸਟ ਰਿਟਾਇਰਮੈਂਟ ਤੱਕ ਕਵਰੇਜ ਜ਼ਰੂਰ ਲਓ, ਕਿਉਂਕਿ ਰਿਟਾਇਰਮੈਂਟ ਤੱਕ ਜੇ ਦੇਖਿਆ ਜਾਵੇ ਤਾਂ ਬੱਚੇ ਛੋਟੇ ਹੁੰਦੇ ਆ, ਉਦੋਂ ਨੂੰ ਉਹ ਆਪਦਾ ਸੈਲਫ ਡਿਪੈਂਡੈਂਟ ਹੋ ਜਾਂਦੇ ਆ, ਫਾਈਨੈਂਸ਼ਲੀ ਪੇਰੈਂਟਸ 'ਤੇ ਡਿਪੈਂਡੈਂਟ ਨਹੀਂ ਰਹਿ ਜਾਂਦੇ। ਸੈਕਿੰਡ ਥਿੰਗ, ਜਿਵੇਂ ਤੁਸੀਂ ਮੌਰਗੇਜ ਦੀ ਗੱਲ ਕੀਤੀ ਹੈ ਕਿ ਆਪਣਾ ਜਿਹੜਾ ਲੋਨ ਆ ਉਹ ਵੀ ਬੇਸਿਕਲੀ ਰਿਟਾਇਰਮੈਂਟ ਤੱਕ ਹੁੰਦਾ, ਉਸ ਤੋਂ ਬਾਅਦ ਇੰਨੇ ਆਪਣੇ 'ਤੇ ਲੋਨਸ ਵੀ ਨਹੀਂ ਹੁੰਦੇ। ਸੋ ਰਿਟਾਇਰਮੈਂਟ ਤੱਕ ਦੀ ਕਵਰੇਜ ਹੋਣਾ ਹਰੇਕ ਲਈ ਮੈਂਡੇਟਰੀ ਲੋਕ ਲੈਤੇ ਹੈਗੇ ਨੇ, ਬਟ ਆਪਣੀ ਇੰਸ਼ੋਰੈਂਸ ਲੋਕ ਭੁੱਲ ਜਾਂਦੇ ਆ। ਜਨਰਲੀ ਆਪਾਂ ਗੱਲ ਕਰਦੇ ਹੈਗੇ ਵੀ ਲੋਕ ਗੱਡੀ ਦੀ ਸਰਵਿਸ ਤਾਂ ਕਰਾ ਲੈਂਦੇ ਆ, ਆਪਣਾ ਹੈਲਥ ਚੈੱਕਅਪ ਕਰਾਉਣ ਨਹੀਂ ਜਾਂਦੇ ਲੋਕ, ਰਾਈਟ? ਸੋ ਇਹ ਆਪਣੇ ਇੱਕ ਸਾਈਕੀ ਦੀ ਇਸ਼ੂ ਹੈਗਾ। ਬਟ ਅਦਰ ਦੈਨ ਜਿਹੜੀ ਲਾਈਫ ਇੰਸ਼ੋਰੈਂਸ, ਚਲੋ ਇੱਕ ਫਿਰ ਵੀ ਇੱਕ ਚੋਇਸ ਜੀ ਹੋ ਜਾਂਦੀ ਹੈ ਬੰਦੇ ਨੂੰ ਵੀ ਮੈਂ ਆਪਣੇ ਆਪ ਨੂੰ ਪ੍ਰੋਟੈਕਟ ਕਰਨਾ ਜਾਂ ਆਪਣੀ ਫੈਮਿਲੀ ਵਾਸਤੇ ਪ੍ਰੋਟੈਕਸ਼ਨ ਰੱਖਣੀ ਜਾਂ ਨਹੀਂ। ਕੁਛ ਹੋਰ ਇੰਸ਼ੋਰੈਂਸ ਵੀ ਕਾਫੀ ਇੰਪੋਰਟੈਂਟ ਹੁੰਦੀਆਂ ਲਾਈਫ ਦੇ ਵਿੱਚ, ਜਿਵੇਂ ਕ੍ਰਿਟੀਕਲ ਇਲਨੈਸ ਵਗੈਰਾ ਹੋ ਗਈ, ਰਾਈਟ? ਥੋੜ੍ਹਾ ਜਿਹਾ ਉਹਦੇ ਬਾਰੇ ਦੱਸੋਗੇ ਵੀ ਕਿਸ ਤਰ੍ਹਾਂ ਵਰਕ ਕਰਦੀ ਹੈ ਕਹਿਣਾ ਚਾਹੀਏ? ਹਾਂਜੀ, ਸੋ ਕ੍ਰਿਟੀਕਲ ਇਲਨੈਸ ਦੀ ਜਿਹੜੀ ਸਭ ਤੋਂ ਪਹਿਲਾਂ ਤਾਂ ਜ਼ਰੂਰਤ ਕਿਉਂ ਹੈ, ਇੱਕ ਜਦੋਂ ਵੀ ਕ੍ਰਿਟੀਕਲ ਇਲਨੈਸ ਦੀ ਗੱਲ ਕੀਤੀ ਜਾਂਦੀ, ਇੱਕ ਕਾਮਨ ਸਵਾਲ ਹੁੰਦਾ ਕਿ ਕੀ ਸਾਡਾ ਹੈਲਥ ਕਾਰਡ ਸਾਡੀ ਹਾਸਪਿਟਲਾਈਜੇਸ਼ਨ ਕਵਰ ਨਹੀਂ ਕਰੂਗਾ। ਅਫਕੋਰਸ ਤੁਹਾਡਾ ਹੈਲਥ ਕਾਰਡ ਹਾਸਪਿਟਲਾਈਜੇਸ਼ਨ ਕਵਰ ਕਰ ਦਿਓ, ਪਰ ਐਟ ਦਾ ਸੇਮ ਟਾਈਮ ਜੇ ਕਿਸੇ ਭਿਆਨਕ ਬਿਮਾਰੀ, ਕੈਂਸਰ, ਸਟ੍ਰੋਕ, ਹਾਰਟ ਅਟੈਕ, ਕੋਈ ਡਿਸਮੈਂਬਰਮੈਂਟ, ਪੈਰਾਲਾਈਸਿਸ ਕਰਕੇ 6-6 ਮਹੀਨੇ ਘਰੇ ਬੈਠੇ ਹਾਂ, ਤਾਂ ਉਹ ਟਾਈਮ 'ਤੇ ਰੈਂਟ, ਮੌਰਗੇਜ, ਗਰੋਸਰੀਜ ਜਾਂ ਹੋ ਸਕਦਾ ਕੋਈ ਇੱਦਾਂ ਦਾ ਮੈਡੀਕਲ ਐਕਸਪੈਂਸ ਵੀ ਹੋਵੇ ਜਿਹਨੂੰ ਹੈਲਥ ਕਾਰਡ ਨਾ ਕਵਰ ਕਰੇ, ਜਾਂ ਕਹਿ ਲਈਏ ਕਿ ਆਊਟਸਟੈਂਡਿੰਗ ਮੌਰਗੇਜ ਜਾਂ ਕ੍ਰੈਡਿਟ ਕਾਰਡ ਦੀਆਂ ਪੇਮੈਂਟਸ, ਲਾਈਨ ਆਫ ਕ੍ਰੈਡਿਟ ਦੀਆਂ ਪੇਮੈਂਟਸ, ਜਾਂ ਬੱਚਿਆਂ ਦੀ ਐਜੂਕੇਸ਼ਨ ਲਈ ਫੰਡਿੰਗ, ਜਾਂ ਹੋ ਸਕਦਾ ਕਿ ਜੋਬ ਚੇਂਜ ਕਰਨੀ ਪਵੇ ਇੱਦਾਂ ਦੇ ਹੈਲਥ ਇਸ਼ੂ ਆਉਣ ਤੋਂ ਬਾਅਦ, ਨਵੀਂ ਜੋਬ ਲੱਭਣ ਦੇ ਵਿੱਚ ਫਾਈਨੈਂਸਿਸ ਦੀ ਲੋੜ ਪੈ ਸਕਦੀ ਆ, ਉਹ ਜਿਹੜੇ ਉੱਪਰਲੇ ਖਰਚੇ ਆ ਉਹਨਾਂ ਨੂੰ ਕਵਰ ਕਰਨ ਵਾਸਤੇ ਕ੍ਰਿਟੀਕਲ ਇਲਨੈਸ ਦੀ ਪੋਲਿਸੀ ਹੁੰਦੀ ਹੈ, ਜਾਂ ਆਪਾਂ ਕਹਿ ਲਈਏ ਕਿ ਸਾਡੇ ਪੇ ਚੈੱਕ ਨੂੰ ਰੀਪਲੇਸ ਕਰਦੀ ਹੈ ਵੀ ਜੇ ਕਿਸੇ ਬਿਮਾਰੀ ਕਰਕੇ ਆਪਣਾ ਕੰਮ ਬੰਦ ਹੋ ਗਿਆ, ਆਪਣਾ ਪੇ ਚੈੱਕ ਰੀਪਲੇਸ ਹੁੰਦਾ। ਇਹ ਲਿਵਿੰਗ ਬੈਨੀਫਿਟ ਆ, ਸਾਨੂੰ ਜਿਉਂਦੇ ਜੀ ਮਿਲਦਾ, ਕਿਉਂਕਿ ਜੇ ਸਟੈਟਿਸਟਿਕਸ ਦੇਖੀਏ ਤਾਂ ਹਾਰਟ ਅਟੈਕ ਤੋਂ ਬਾਅਦ 95% ਲੋਕ ਜਿਹੜੇ ਸਰਵਾਈਵ ਕਰਦੇ ਆ, ਅਤੇ ਕੈਂਸਰ ਤੋਂ ਬਾਅਦ 65% ਜਿਹੜੇ ਆਲਮੋਸਟ 5 ਸਾਲਾਂ ਲਈ ਸਰਵਾਈਵ ਕਰਦੇ ਆ, ਐਂਡ ਸਟ੍ਰੋਕ ਤੋਂ ਬਾਅਦ ਵੀ 75% ਸਰਵਾਈਵਲ ਰੇਟ ਆ। ਸੋ ਉਹ ਜਿਹੜਾ 75% ਲੋਕ ਆ ਕਿ ਕੋਈ ਹੈਲਥ ਇਸ਼ੂ ਆ ਗਿਆ, ਡੈਥ ਨਹੀਂ ਹੋਈ, ਸਰਵਾਈਵ ਕਰ ਗਏ, ਤੇ ਇਹ ਇੰਸ਼ੋਰੈਂਸ ਹੈਗੀ ਆ ਤੁਹਾਡੇ ਜਿਉਂਦੇ ਰਹਿਣ ਲਈ ਤੁਹਾਡੀ ਹੈਲਪ ਕਰਦੀ ਆ। ਸੋ ਉਹ ਫਿਰ ਪੈਸਾ ਕੀ ਆ, ਇੱਕਦਮ ਦੇ ਦਿੰਦੇ ਆ ਉਹਨਾਂ ਨੂੰ ਜਦੋਂ ਕੋਈ ਕ੍ਰਿਟੀਕਲ? ਬਿਲਕੁਲ ਬਿਲਕੁਲ, ਇਹ 50,000, 1,00,000, 2,00,000 ਜਿੰਨੇ ਦੀ ਵੀ ਪਾਲਿਸੀ ਲਈ ਹੁੰਦੀ ਆ, ਵਨ ਸ਼ਾਟ 'ਚ ਇਹ ਪੇਮੈਂਟ ਆਉਂਦੀ ਆ।
ਅੱਛਾ ਵਨ ਸ਼ਾਟ ਚ ਤੁਸੀਂ ਇੱਕ ਵਾਰੀ ਡਿਟੈਕਟ ਹੋ ਗਏ, ਡਾਇਗਨੋਸ ਹੋ ਗਏ ਜੀ ਤੇ ਫਿਰ ਤੁਹਾਡੇ ਹੱਥ ਚ ਪੈਸੇ ਆ ਜਾਣੇ ਆ। ਹਾਂਜੀ ਇਹ ਵੀ ਹੋ ਸਕਦਾ ਵੀ ਤੁਸੀਂ ਜੇ ਕਿਤੇ ਹੋਰ ਜਾ ਕੇ ਇਲਾਜ ਕਰਾਉਣਾ ਚਾਹੁੰਦੇ ਹੋ ਜਾਂ ਕੋਈ ਸਰਜਰੀ ਤੁਹਾਨੂੰ ਇੱਥੇ ਡੇਟ ਨਹੀਂ ਮਿਲੀ ਤਾਂ ਉਹ ਪੈਸਾ ਤੁਸੀਂ ਯੂਜ਼ ਕਰ ਸਕਦੇ ਹੋ ਆਈ ਗੈਸ, ਰਾਈਟ? ਹਾਂਜੀ ਤੁਸੀਂ ਕਿਸੇ ਵੀ ਪਰਪਸ ਲਈ ਇਹ ਪੈਸਾ ਯੂਜ਼ ਕਰ ਸਕਦੇ ਹੋ। ਅੱਛਾ ਉਹ ਕੋਈ ਦਾ ਪਰਪਸ ਕੁਝ ਨਹੀਂ ਹੈ, ਮਤਲਬ ਹਾਂਜੀ ਤੁਹਾਡੇ ਹੱਥ ਚ ਪੈਸਾ ਆ ਗਿਆ। ਤੁਸੀਂ ਕੰਡੀਸ਼ਨ ਨਾਲ ਜਿਹੜੀ ਵੀ ਪਾਲਿਸੀ ਦੇ ਵਿੱਚ ਕੰਡੀਸ਼ਨ ਦੀ ਡੈਫੀਨੇਸ਼ਨ ਆ ਉਹ ਡੈਫੀਨੇਸ਼ਨ ਨਾਲ ਤੁਸੀਂ ਡਾਇਗਨੋਸ ਹੋਏ 30 ਦਿਨ ਦਾ ਸਰਵਾਈਵਲ ਪੀਰੀਅਡ ਹੁੰਦਾ ਤੇ ਫਿਰ ਤੁਹਾਨੂੰ ਜਿਹੜੀ ਮਨੀ ਆ ਉਹ ਮਿਲ ਜਾਂਦੀ ਹੈ। ਇਹ ਤੁਸੀਂ ਦੇਖਣਾ ਕਿ ਤੁਸੀਂ ਇਹਨੂੰ ਕਿੱਥੇ ਯੂਜ਼ ਕਰਨਾ। ਸੋ ਇਹ ਕਿਸ ਤਰ੍ਹਾਂ ਦੀ ਆ, ਮਤਲਬ ਇਹ ਸਿਰਫ ਕੈਂਸਰ, ਹਾਰਟ ਅਟੈਕ ਇਦਾਂ ਦੀ ਜਿਹੜੀ ਬਹੁਤ ਕ੍ਰਿਟੀਕਲ ਇਲਨੈਸ ਉਹਦੇ ਚ ਆਉਂਦੀ, ਕਿੰਨੀਆਂ ਬਿਮਾਰੀਆਂ ਕਵਰ ਕਰਦੇ? ਇਹਦੇ ਵਿੱਚ 25 ਬਿਮਾਰੀਆਂ ਕਵਰ ਹੁੰਦੀਆਂ, ਕੈਂਸਰ, ਹਾਰਟ ਅਟੈਕ, ਸਟ੍ਰੋਕ, ਬਾਈਪਾਸ ਸਰਜਰੀ, ਮਲਟੀਪਲ ਸਟ੍ਰਾਈਸਿਸ ਜਿਹਨੂੰ ਡਿਸਮੈਂਬਰਮੈਂਟ ਕਹਿ ਦਿੰਦੇ ਕਿ ਅੰਗ ਪੈਰ ਦਾ ਕੱਟਿਆ ਜਾਣਾ ਜਾਂ ਨਿਗਾਹ ਚਲੀ ਜਾਵੇ, ਜਵਾਨ ਚਲੀ ਜਾਵੇ ਤੇ ਪੈਰਾਲਾਈਸਿਸ, ਥਰਡ ਡਿਗਰੀ ਬਰਨ ਹੋ ਜੇ। ਸੋ ਐਦਾਂ ਦੀਆਂ 25 ਬਿਮਾਰੀਆਂ ਕਵਰ ਹੁੰਦੀਆਂ। ਉਹਨਾਂ ਦੀ ਐਕਸਟੈਂਸ਼ਨ ਜਿਹੜੀ ਮਤਲਬ ਜਿਹੜਾ ਐਕਚੁਅਲੀ ਜ਼ਿਆਦਾ ਸਵੀਅਰ ਹੁੰਦੀਆਂ ਹੈਗੀਆਂ, ਹਾਂਜੀ ਬਿਲਕੁਲ, ਐਜ਼ ਇਹਦਾ ਨੇਮ ਦੱਸਦਾ ਕਿ ਕ੍ਰਿਟੀਕਲੀ। ਸੋ ਇਹ ਨਹੀਂ ਲਾਈਫ ਥ੍ਰੈਟਨਿੰਗ, ਪੈਰ ਸੱਟ ਲੱਗੀ ਨਹੀਂ, ਇਹ ਨਹੀਂ ਕਿ ਫੀਵਰ ਹੋ ਗਿਆ ਜਾਂ ਕਿਡਨੀ ਚ ਸਟੋਨ ਹੋ ਗਿਆ, ਦੈਟਸ ਨਾਟ ਲਾਈਫ ਥ੍ਰੈਟਨਿੰਗ। ਸੋ ਰਾਈਟ ਰਾਈਟ, ਸੋ ਇਹ ਇਹ ਗੱਲ ਨੋਟ ਕਰਨ ਦੀ ਗੱਲ ਆ, ਬਟ ਫਿਰ ਵੀ ਕਿਉਂਕਿ ਕਾਫੀ ਸਾਰੇ ਲੋਕਾਂ ਨੂੰ ਕੁਛ ਨਾ ਕੁਛ ਹੁੰਦਾ ਹੀ ਹੈ ਅੱਜ ਦੀ ਲਾਈਫ ਦੇ ਵਿੱਚ, ਰਾਈਟ? ਸੋ ਅਨਫੋਰਚੂਨੇਟ ਆ, ਬਿਕੋਜ਼ ਆਪਣਾ ਲਾਈਫ ਸਟਾਈਲ ਇਦਾਂ ਦਾ ਹੋ ਗਿਆ, ਆਪਣਾ ਖਾਣਾ ਪੀਣਾ ਇਦਾਂ ਦਾ ਹੋ ਗਿਆ, ਰਾਈਟ? ਸੋ ਸਟ੍ਰੈਸ ਲੈਵਲ ਵੀ ਬਹੁਤ ਵੱਧ ਗਿਆ ਲਾਈਫ ਦੇ ਵਿੱਚ। ਸੋ ਇਹ ਵੀ ਇੱਕ ਇਮੀਡੀਏਟ ਰਾਹਤ ਬੰਦੇ ਨੂੰ ਮਿਲ ਜਾਂਦੀ ਹੈ ਵੀ ਟੈਨਸ਼ਨ ਨਹੀਂ ਹੁੰਦੀ ਵੀ ਚੱਲ ਮੈਂ 4 ਮਹੀਨੇ ਕੰਮ ਨਹੀਂ ਵੀ ਕਰ ਪਾਇਆ, ਰੈਸਟ ਕਰ ਰਹੇ ਹਾਂ, ਰਿਕਵਰ ਕਰ ਰਹੇ ਹਾਂ ਆਪਣੇ ਆਪ ਨੂੰ। ਸੋ ਇਹ ਪਾਲਿਸੀ ਤੁਹਾਨੂੰ ਪੀਸ ਆਫ ਮਾਈਂਡ ਦਿੰਦੀ ਹੈ ਇਦਾਂ ਦੇ ਮਾੜੇ ਟਾਈਮ 'ਚ। ਸੋ ਇਹ 2-3 ਚੀਜ਼ਾਂ ਆਈ ਥਿੰਕ ਇਹ ਨੋ ਬ੍ਰੇਨਰ ਹੈ, ਬੰਦੇ ਨੂੰ ਕਰਾ ਲੈਣੀਆਂ ਚਾਹੀਦੀਆਂ। ਤੋ ਨੋਰਮਲੀ ਲੈਸੇ ਇੱਕ ਮਿਡਲ ਏਜ ਬੰਦੇ ਦੀ ਕਿੰਨਾ ਪ੍ਰੀਮੀਅਮ ਹੁੰਦਾ ਹੈ, $1,00,000 ਦਾ ਕ੍ਰਿਟੀਕਲ ਲੈਣਾ ਆ ਕੋਈ? ਜਿਵੇਂ ਮੈਂ ਤੁਹਾਨੂੰ, ਹਾਂਜੀ, 25 ਸਾਲ ਦੇ ਕਿਸੇ ਯੰਗ ਬੋਏ ਦਾ ਦੱਸ ਦਿੰਦੀ ਹਾਂ ਕਿ ਜੇ 25 ਸਾਲ ਏਜ ਹੈ, $50,000 ਦੀ ਕ੍ਰਿਟੀਕਲ ਲੈਣੀ ਹੈ ਤਾਂ $12-13 ਤੋਂ ਸਟਾਰਟ ਹੋ ਜਾਂਦੀ ਹੈ, $1,00,000 ਦੀ ਲੈਣੀ ਹੈ ਤਾਂ $20-22 ਪ੍ਰੀਮੀਅਮ ਹੁੰਦਾ ਹੈ ਮੰਥਲੀ ਬਸ। ਹਾਂਜੀ ਜੇ 25 ਸਾਲ ਦੀ ਉਮਰ ਚ, 25 ਤੋਂ 30 ਸਾਲ ਦੀ ਉਮਰ ਚ ਤੁਸੀਂ 75 ਸਾਲ ਤੱਕ ਲੈ ਲਓ ਤਾਂ ਉਹ ਬੈਸਟ ਥਿੰਗ ਹੁੰਦੀ ਹੈ, ਤੁਹਾਨੂੰ ਬੇਸਿਕ ਕਵਰੇਜ $30-35 ਚ ਮਿਲ ਜਾਂਦੀ ਹੈ $50,000 ਦੀ, ਕਿ $50,000 ਮਿਲੇ ਕੋਈ ਵੀ ਇਲਨੈਸ ਆਉਂਦੀ ਆ। 25 ਤੋਂ 30 ਸਾਲ ਦੀ ਉਮਰ ਚ ਤੁਸੀਂ ਇਹ ਪਲਾਨ ਲੈਣੇ ਹੋ, $75 ਸਾਲ ਤੱਕ ਤੁਹਾਨੂੰ ਕਵਰ ਕਰਦਾ, ਤੁਸੀਂ ਮੰਥਲੀ ਸਿਰਫ $30-35 ਪੇ ਕਰਨੇ ਆ। ਸਹੀ ਹੈ, ਦੈਟਸ ਨਾਟ ਬੈਡ ਜੀ। ਸੋ ਆਈ ਥਿੰਕ ਇਹ ਵੀ ਐਕਚੁਅਲੀ ਹੈਗੀਆਂ 2-3 ਚੀਜ਼ਾਂ ਬੰਦੇ ਨੂੰ ਧਿਆਨ ਰੱਖਣੀਆਂ ਚਾਹੀਦੀਆਂ। ਤੋ ਇਸ ਤੋਂ ਇਲਾਵਾ ਪਲਾਨ ਤਾਂ ਮੈਨੂੰ ਲੱਗਦਾ ਕਾਫੀ ਸਾਰੇ ਆਉਂਦੇ ਨੇ, ਪੋਲਸੀਜ਼ ਜਿਹੜੀਆਂ ਡਿਫਰੈਂਟ ਡਿਫਰੈਂਟ ਕਾਫੀ ਸਾਰੀਆਂ ਆਉਂਦੀਆਂ ਹੈਗੀਆਂ ਕੈਨੇਡਾ ਦੇ ਵਿੱਚ। ਤੋ ਸਭ ਤੋਂ ਜ਼ਿਆਦਾ ਤੁਸੀਂ, ਤੁਹਾਡਾ ਕੀ ਐਕਸਪੀਰੀਅੰਸ ਹੈ, ਸਭ ਤੋਂ ਜ਼ਿਆਦਾ ਪੋਲਸੀ ਤੇ ਕਿਹੜੀ ਵਿਕਦੀ ਹੈ ਕੈਨੇਡਾ 'ਚ? ਲਾਈਫ ਇੰਸ਼ੋਰੈਂਸ ਤੇ ਕ੍ਰਿਟੀਕਲ ਸੈੱਲ ਹੁੰਦੀਆਂ। ਲਾਈਫ ਇੰਸ਼ੋਰੈਂਸ ਤਾਂ ਚਲੋ ਜਿਵੇਂ ਸਾਰਿਆਂ ਨੂੰ ਪਤਾ ਹੁੰਦਾ, ਪਰ ਕ੍ਰਿਟੀਕਲ ਇਲਨੈਸ ਦੀ ਜਿਵੇਂ ਦੱਸਣਾ ਪੈਂਦਾ ਹੈ ਕਈ ਵਾਰੀ, ਜਿਵੇਂ ਹਰੇਕ ਬੰਦੇ ਨੂੰ ਇਹਦੇ ਬਾਰੇ ਨਹੀਂ ਪਤਾ ਹੁੰਦਾ, ਪਰ ਜੇ ਕਲੇਮ ਦੇਖਿਆ ਜਾਵੇ ਜ਼ਿਆਦਾ ਕ੍ਰਿਟੀਕਲ ਦੇ ਆਉਂਦੇ ਆ ਲਾਈਫ ਨਾਲੋਂ, ਕਿਉਂਕਿ ਹਾਂਜੀ ਜ਼ਿਆਦਾ ਕਲੇਮ ਕ੍ਰਿਟੀਕਲ ਦੇ ਜ਼ਿਆਦਾ ਆਉਂਦੇ ਆ, ਤਾਂ ਹੀ ਇਹ ਮਹਿੰਗੀ ਵੀ ਜ਼ਿਆਦਾ ਹੁੰਦੀ ਹੈ ਲਾਈਫ ਨਾਲੋਂ, ਕਿਉਂਕਿ ਲਾਈਫ ਇੰਸ਼ੋਰੈਂਸ ਜਿਵੇਂ ਚਲੋ ਸੇਮ 25 ਸਾਲ ਦੇ ਬੰਦੇ ਦੀ ਗੱਲ ਕਰੀਏ, ਲਾਈਫ ਇੰਸ਼ੋਰੈਂਸ ਦੀ $1,00,000 ਦੀ ਕਵਰੇਜ ਉਹਨਾਂ ਦੀ $12 ਚ ਆਜੂਗੀ ਤੇ ਕ੍ਰਿਟੀਕਲ ਦੀ $1,00,000 ਦੀ ਕਵਰੇਜ ਉਹਨਾਂ ਦੀ $20 ਚ ਆਊਗੀ। ਸੋ ਆਲਮੋਸਟ ਡਬਲ ਪ੍ਰੀਮੀਅਮ ਹੁੰਦਾ ਕ੍ਰਿਟੀਕਲ ਇਲਨੈਸ ਦਾ, ਕਿਉਂਕਿ ਇਹਦੇ ਚਾਂਸ ਡਬਲ ਹੁੰਦੇ ਆ ਰਿਸਕ ਦੇ। ਸੋ ਇਸ ਤੋਂ ਬਿਨਾਂ ਜਿਵੇਂ ਹੈਲਥ ਇੰਸ਼ੋਰੈਂਸ ਦੀਆਂ ਜ਼ਿਆਦਾ ਕੁਐਰੀਜ਼ ਆਉਂਦੀਆਂ ਹੈ ਕਿ ਆਪਦੇ ਪੇਰੈਂਟਸ ਨੂੰ ਸੁਪਰ ਵੀਜ਼ਾ, ਵਿਜ਼ਟਰ ਵੀਜ਼ਾ ਤੇ ਬੁਲਾਉਣਾ, ਉਹ ਵੀ ਕਾਫੀ ਪਾਲਿਸੀਜ਼ ਸੈੱਲ ਹੁੰਦੀਆਂ, ਕਿਉਂਕਿ ਸੁਪਰ ਵੀਜ਼ਾ ਲਈ ਮੈਂਡੇਟਰੀ ਹੁੰਦਾ ਹੈ ਕਿ ਹੈਲਥ ਇੰਸ਼ੋਰੈਂਸ ਤੁਹਾਨੂੰ 1 ਸਾਲ ਦੇ ਨਾਲ ਲਾਉਣੀ ਪੈਂਦੀ ਆ, ਤੇ ਵਿਜ਼ਟਰ ਵਿੱਚ ਮੈਂਡੇਟਰੀ ਨਹੀਂ ਹੁੰਦਾ, ਕਿਤੇ ਨਾ ਕਿਤੇ ਉਹਨੂੰ ਇਗਨੋਰ ਕਰ ਦਿੱਤਾ ਜਾਂਦਾ ਤੇ ਉਹ ਫਿਰ ਬਾਅਦ 'ਚ ਕਈ ਵਾਰੀ ਕਾਲਸ ਆਉਂਦੀਆਂ ਵੀ ਓਕੇ ਮੈਡਮ ਪੇਰੈਂਟਸ ਆਏ ਸੀ, ਹੁਣ ਉਹਨਾਂ ਨੂੰ ਇਹ ਪ੍ਰੋਬਲਮ ਆ ਗਈ, ਹੁਣ ਅਸੀਂ ਕੀ ਕਰੀਏ, ਤਾਂ ਉੱਥੇ ਜਾ ਕੇ ਫਿਰ ਆਪਾਂ ਕੁਛ ਨਹੀਂ ਕਰ ਸਕਦੇ ਹੁੰਦੇ, ਕਿਉਂਕਿ ਜਦੋਂ ਕੋਈ ਆਲਰੇਡੀ ਪ੍ਰੋਬਲਮ ਆ ਗਈ ਤਾਂ ਉਹਨੂੰ ਕੋਈ ਵੀ ਕੰਪਨੀ ਕਵਰ ਨਹੀਂ ਕਰਦੀ। ਡਾਇਗਨੋਸ ਹੋਣ ਤੋਂ ਪਹਿਲਾਂ ਪਹਿਲਾਂ ਹੀ ਹੁੰਦਾ ਜੀ, ਬਿਲਕੁਲ। ਸੋ ਜਿਹਨੇ, ਜੇ ਉੱਥੇ ਕਿਸੇ ਨੂੰ ਕੋਈ ਪ੍ਰੋਬਲਮ ਹੈ ਫਿਰ ਉਹਨੂੰ ਇੰਸ਼ੋਰੈਂਸ ਮਿਲ ਜਾਂਦੀ ਹੈ, ਲੈਸੇ ਕੋਈ ਪੇਰੈਂਟਸ ਆ, ਕੋਈ ਨਾ ਕੋਈ ਕਈ ਵਾਰ ਇਸ਼ੂ ਹੁੰਦਾ ਆ
ਕਿਸੇ ਨੂੰ ਡਾਇਬੀਟੀਜ਼ ਹੁੰਦੀ ਹੈ ਜਾਂ ਕੋਈ ਹੁੰਦਾ ਹੈ, ਸੋ ਉਹਨਾਂ ਨੂੰ ਫਿਰ ਕਰ ਦਿੰਦੇ ਨੇ ਇਹ ਜਾਂ ਮਹਿੰਗੀ ਹੁੰਦੀ ਫਿਰ ਇਨਸ਼ੋਰੈਂਸ? ਹਾਂਜੀ, ਇਹ ਦੋਨੇ ਹੁੰਦੀਆਂ. ਇੱਕ ਤਾਂ ਚਲੋ ਜੇ ਕੋਈ ਹੈਲਥ ਇਸ਼ੂ ਹੈ ਆਪਾਂ ਨੂੰ ਉੱਥੇ ਦੱਸਣਾ ਪੈਂਦਾ ਕਿ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਹੈਗੀ ਆ. ਮੰਨ ਲਓ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਆਪਾਂ ਯੈਸ ਕਰਤੀ ਤਾਂ $50 ਪ੍ਰੀਮੀਅਮ ਵੱਧ ਜਾਂਦਾ ਨੋਰਮਲ ਨਾਲੋਂ. ਸੈਕਿੰਡ ਥਿੰਗ ਕਿ ਇਹਦੀ ਸਟੇਬਿਲਿਟੀ ਹੋਣਾ ਕਿ ਕੋਈ ਕੰਡੀਸ਼ਨ ਜਿਹੜੀ ਆਲਰੇਡੀ ਹੈਗੀ ਆ ਜੇ ਉਹ ਪਿਛਲੇ 3 ਮਹੀਨੇ ਤੋਂ ਜਾਂ 6 ਮਹੀਨੇ ਤੋਂ ਸਟੇਬਲ ਆ. ਸਟੇਬਲ ਕੰਡੀਸ਼ਨ ਤੋਂ ਮਤਲਬ ਕਿ ਇੱਕੋ ਦਵਾਈ ਨਾਲ ਲਗਾਤਾਰ ਪੇਸ਼ੈਂਟ ਠੀਕ ਆ, ਦਵਾਈ ਦੀ ਡੋਜ਼ ਵਧੀ ਜਾਂ ਘਟੀ ਨਹੀਂ ਪਿਛਲੇ 6 ਮਹੀਨੇ 'ਚ, ਜਾਂ ਹੋਸਪਿਟਲਾਈਜ਼ ਨਹੀਂ ਹੋਏ ਜਾਂ ਕਿਸੇ ਸਪੈਸ਼ਲਿਸਟ ਨੂੰ ਨਹੀਂ ਮਿਲੇ, ਉਹਨੂੰ ਆਪਾਂ ਕੰਡੀਸ਼ਨ ਨੂੰ ਸਟੇਬਲ ਮੰਨਦੇ ਹਾਂ. ਸੋ ਕੋਈ ਵੀ ਪ੍ਰੋਬਲਮ ਜਿਹੜੀ ਹੈਗੀ ਆ ਉਹਦੀ ਕੰਡੀਸ਼ਨ ਸਟੇਬਲ ਆ ਤਾਂ ਉਹਨੂੰ ਕੰਪਨੀਜ਼ ਕਵਰ ਕਰਦੀਆਂ ਮੋਸਟਲੀ, ਫਿਰ ਮਿਲ ਜਾਂਦੀਆਂ. ਹਾਂਜੀ, ਤੋ ਇਹ ਕੀ ਜਿਹੜੇ ਲੋਕ ਉੱਥੋਂ ਵੀ ਲੈ ਕੇ ਆਉਂਦੇ ਨੇ ਕੁਛ ਜਿਹੜੀ ਵਿਜ਼ਿਟਰ ਇੰਸ਼ੋਰੈਂਸ ਲੈ ਕੇ ਆਉਂਦੇ ਆ, ਤੇ ਤੁਸੀਂ ਕੀ ਐਡਵਾਈਸ ਕਰਦੇ ਹੋ, ਇੰਸ਼ੋਰੈਂਸ ਇੰਡੀਆ ਤੋਂ ਲੈਣੀ ਚਾਹੀਦੀ ਹੈ ਜਾਂ ਇੱਥੋਂ ਲੈਣੀ ਚਾਹੀਦੀ ਹੈ? ਇੰਸ਼ੋਰੈਂਸ ਜੇ ਇੰਡੀਆ ਤੋਂ ਲੈਣੀ ਆ ਉਹਦਾ ਸਭ ਤੋਂ ਵੱਡਾ ਡਰੋਬੈਕ ਇਹ ਆ ਕਿ ਜੇ ਇੱਥੇ ਕੋਈ ਪ੍ਰੋਬਲਮ ਆ ਗਈ ਤੁਹਾਨੂੰ ਪਹਿਲਾਂ ਸਾਰਾ ਆਪਦੇ ਕੋਲੋਂ ਪੇ ਕਰਨਾ ਪੈਂਦਾ, ਉਸ ਤੋਂ ਬਾਅਦ ਜਦੋਂ ਤੁਸੀਂ ਬੈਕ ਹੋਮ ਜਾ ਕੇ ਕਲੇਮ ਕਰਦੇ ਹੋ ਫਿਰ ਮਨੀ ਤੁਹਾਨੂੰ ਵਾਪਸ ਮਿਲਦੀ ਆ. ਪਰ ਜੇ ਆਪਾਂ ਕੈਨੇਡੀਅਨ ਕੰਪਨੀਜ਼ ਦੀ ਗੱਲ ਕਰੀਏ, ਇਨ ਦ ਕੇਸ ਆਫ ਹੋਸਪਿਟਲਾਈਜੇਸ਼ਨ ਸਾਰੀ ਪੇਮੈਂਟ ਡਾਇਰੈਕਟ ਹੁੰਦੀ ਆ, ਇੰਸ਼ੋਰੈਂਸ ਕੰਪਨੀ ਸਿੱਧਾ ਹੋਸਪਿਟਲ ਨੂੰ ਪੇ ਕਰ ਦਿੰਦੀ ਆ, ਆਪਾਂ ਨੂੰ ਆਫ ਫਰੰਟ ਕੁਛ ਵੀ ਪੇ ਕਰਨਾ ਨਹੀਂ ਪੈਂਦਾ. ਸੋ ਕੈਨੇਡੀਅਨ ਕੰਪਨੀ ਤੋਂ ਪਾਲਿਸੀਜ਼ ਲੈਣ ਦਾ ਜ਼ਿਆਦਾ ਫਾਇਦਾ ਹੁੰਦਾ, ਈਜ਼ੀ ਰਹਿੰਦਾ ਤੁਹਾਨੂੰ, ਫਿਰ ਹੈਜ਼ਲ ਨਹੀਂ ਹੁੰਦੀ ਕਲੇਮ ਦੇ ਟਾਈਮ ਤੇ ਜਾਂ ਮੇਰੀ ਇੰਸ਼ੋਰੈਂਸ ਪੁੱਛ ਲਓ ਉਹਨਾਂ ਨੂੰ ਲੈ ਲਓ ਤੁਸੀਂ ਜਾ ਕੇ. ਹਾਂਜੀ, ਸੋ ਯਾ ਆਈ ਥਿੰਕ ਇਟਸ ਗੁੱਡ ਆਈਡੀਆ. ਵੀ ਥੋੜੀ ਜਿਹੀ ਮੈਂ ਸ਼ਾਇਦ ਉਸ ਦਾ ਪ੍ਰਾਈਸ ਦਾ ਫਰਕ ਹੁੰਦਾ ਜਿਹੜਾ ਇੰਡੀਆ ਤੋਂ ਲੈ ਕੇ ਆਉਂਦੇ ਲੋਕ, ਜਾਂ ਮੋਰ ਲੈਸ ਸੇਮ ਹੀ ਹੁੰਦਾ ਹੈ? ਮੈਂ ਕਦੇ ਕੰਪੇਅਰ ਨਹੀਂ ਕੀਤਾ. ਅੱਛਾ, ਮੈਨੂੰ ਲੱਗਦਾ ਸ਼ਾਇਦ ਉੱਥੇ ਕੁਛ ਹੈਗੀਆਂ ਕੰਪਨੀਆਂ, ਹੋ ਸਕਦਾ ਥੋੜਾ ਬਹੁਤ ਚੀਪਰ ਆਫਰ ਕਰਦੀ ਹੋਣ. ਸੋ ਬਟ ਉਹੀ ਹੈ ਨਾ, ਇੰਡੀਆ ਦੇ ਵਿੱਚ ਆਪਾਂ ਨੂੰ ਪਤਾ ਹੀ ਹੈ ਥੋੜਾ ਜਿਹਾ ਕਲੇਮ ਦਾ ਕਈ ਵਾਰ ਇਸ਼ੂ ਆ ਜਾਂਦਾ ਆ, ਤੇ ਲੇਕਿਨ ਬਟ ਇਹ ਆ ਵੀ ਕੁਛ ਨਾ ਕੁਛ ਪ੍ਰੋਟੈਕਸ਼ਨ ਤੁਹਾਡੇ ਕੋਲ ਜ਼ਰੂਰ ਹੋਣੀ ਚਾਹੀਦੀ ਹੈ ਜਦੋਂ ਤੁਸੀਂ ਆਪਣੇ ਪੇਰੈਂਟਸ ਵਗੈਰਾ ਨੂੰ ਬੁਲਾਉਂਦੇ. ਹਾਂਜੀ, ਇੱਕ ਇਹ 'ਚ ਵੱਡਾ ਪੁਆਇੰਟ ਹੁੰਦਾ ਹੈ ਕਿ ਇੱਥੇ ਲੈਂਡ ਹੋਣ ਤੋਂ ਪਹਿਲਾਂ ਪਾਲਿਸੀ ਦਾ ਹੋਣਾ ਜ਼ਰੂਰੀ ਆ. ਜਦੋਂ ਇੱਥੇ ਇੱਕ ਵਾਰ ਲੈਂਡ ਹੋ ਗਏ ਉਸ ਤੋਂ ਬਾਅਦ ਜਦੋਂ ਪਾਲਿਸੀ ਲੈਂਦੇ ਆ ਤਾਂ ਹਰੇਕ ਕੰਪਨੀ ਇੱਕ ਵੇਟਿੰਗ ਪੀਰੀਅਡ ਲਾ ਦਿੰਦੀ ਆ ਕਿ ਅਸੀਂ ਪਹਿਲੇ 48 ਆਵਰ ਨਹੀਂ ਕਵਰ ਕਰਨਾ ਜਾਂ 5 ਦਿਨ ਜਾਂ 8 ਦਿਨ. ਉਹ ਫਿਰ ਵੇਟਿੰਗ ਪੀਰੀਅਡ ਦਾ ਮਤਲਬ ਹੁੰਦਾ ਕਿ ਉਨੇ ਟਾਈਮ 'ਚ ਤੁਸੀਂ ਕੋਈ ਕਲੇਮ ਨਹੀਂ ਕਰ ਸਕਦੇ. ਜੇ ਤੁਸੀਂ ਇੱਥੇ ਲੈਂਡ ਹੋਣ ਤੋਂ ਪਹਿਲਾਂ ਪਾਲਿਸੀ ਕਰਵਾਈ ਆ ਤਾਂ ਭਾਵੇਂ ਟਰੈਵਲ ਦੇ ਟਾਈਮ ਤੇ ਕੋਈ ਪ੍ਰੋਬਲਮ ਆਉਂਦੀ ਹੈ ਜਾਂ ਇੱਥੇ ਪਹੁੰਚਦੇ ਹੀ ਕੁਛ ਹੁੰਦਾ ਹੈ ਕਿਉਂਕਿ ਇਮੀਡੀਏਟ ਵੈਦਰ 'ਚ ਬਿਗ ਡਿਫਰੈਂਸ ਆ ਤੇ ਇਮੀਡੀਏਟਲੀ ਕੁਛ ਹੁੰਦਾ ਤੇ ਇਮੀਡੀਏਟਲੀ ਤੁਸੀਂ ਕਲੇਮ ਕਰ ਸਕਦੇ ਹੋ. ਸੋ ਲੈਂਡ ਹੋਣ ਤੋਂ ਪਹਿਲਾਂ ਪਾਲਿਸੀ ਲੈਣ ਦਾ ਜ਼ਿਆਦਾ ਫਾਇਦਾ. ਇਹ ਵਧੀਆ ਪੁਆਇੰਟ ਦੱਸਿਆ ਵੀ ਜੇ ਤੁਸੀਂ ਲੈ ਹੀ ਰਹੇ ਹੋ ਪਾਲਿਸੀ ਉੱਥੋਂ ਆਉਣ ਤੋਂ ਪਹਿਲਾਂ ਕਰਵਾ ਲਓ, ਡੇਟ ਚਾਹੇ ਸਟਾਰਟ ਡੇਟ ਉਹੀ ਪਾ ਲਓ ਜਿਹੜੇ ਦਿਨ ਲੈਂਡ ਹੋਣਾ. ਹਾਂਜੀ ਬਿਲਕੁਲ. ਸੋ ਇਹ ਛੋਟੀ ਛੋਟੀਆਂ ਟੈਕਨੀਕਲ ਬਰੀਕੀਆਂ ਹੁੰਦੀਆਂ ਹੈਗੀਆਂ ਜਦੋਂ ਪਹਿਲਾਂ ਤੁਹਾਨੂੰ ਡਿਸਕਸ ਕਰਨੀਆਂ ਚਾਹੀਦੀਆਂ ਜਦੋਂ ਤੁਸੀਂ ਕੋਈ ਪਾਲਿਸੀ ਲੈਣੇ ਹੈਗੇ ਆ. ਸੋ ਬਹੁਤ ਵਧੀਆ ਤੁਸੀਂ ਇਨਫੋਰਮੇਸ਼ਨ ਦੇ ਰਹੇ ਹੋ. ਇਸ ਤੋਂ ਇਲਾਵਾ ਜਿਹੜੇ ਇੰਸ਼ੋਰੈਂਸ ਪ੍ਰੋਡਕਟ ਦੇਖੇ ਆਪਾਂ ਨੂੰ ਪਤਾ ਕਾਫੀ ਹੁੰਦੇ ਨੇ, ਔਰ ਆਪਾਂ ਇਹ ਵੀ ਗੱਲ ਕਰ ਲਈ ਵੀ ਪਾਲਿਸੀਆਂ ਇਹ ਜ਼ਰੂਰੀ ਹੈਗੀਆਂ. ਸੋ ਇਨਵੈਸਟਮੈਂਟ ਸਾਈਡ ਵੀ ਮੈਂ ਦੇਖਿਆ ਕਾਫੀ ਲੋਕ ਇੰਸ਼ੋਰੈਂਸ ਕੰਪਨੀ ਦੇ ਥਰੂ ਇਨਵੈਸਟਮੈਂਟ ਕਰਦੇ ਨੇ. ਸੋ ਇਟਸ ਆਲਸੋ ਆਈ ਥਿੰਕ ਜੇ ਤੁਸੀਂ ਐਜ਼ ਏ ਕਮਿਸ਼ਨ ਦੇ ਹਿਸਾਬ ਨਾਲ ਦੇਖੇ ਜਾਓ, ਇਹ ਐਡਵਾਈਜ਼ਰ ਦੇਖੋਗੇ ਤਾਂ ਉਹ ਜ਼ਿਆਦਾ ਪਾਰਟ ਪੈਸਾ ਬਣਾ ਕੇ ਦਿੰਦਾ ਤੁਹਾਨੂੰ ਇਨਵੈਸਟਮੈਂਟ ਵਾਲਾ, ਜਾਂ ਇੰਸ਼ੋਰੈਂਸ ਜਿਹੜੀਆਂ ਪਾਲਿਸੀ ਜਦੋਂ ਤੁਸੀਂ ਕਰਦੇ ਹੋ ਉਹ ਜ਼ਿਆਦਾ ਬਣਾ ਕੇ ਦਿੰਦੇ ਆ ਐਜ਼ ਏ ਜੇ ਕਿਸੇ ਨੇ ਐਜ਼ ਏ ਕਰੀਅਰ ਦੇਖਣਾ ਹੁੰਦਾ. ਐਜ਼ ਏ ਕਰੀਅਰ ਇੰਸ਼ੋਰੈਂਸ ਦੇ ਵਿੱਚ ਇਨਵੈਸਟਮੈਂਟ ਨਾਲੋਂ ਜ਼ਿਆਦਾ ਮਨੀ ਹੈਗੀ ਹੈ ਜੇ ਜ਼ਿਆਦਾ ਪੈਸਾ ਬਣਦਾ ਹੈ. ਸੋ ਪਰ ਮਤਲਬ ਕਿਉਂਕਿ ਉਹ ਫਿਰ ਅਸੈਂਸ਼ਲ ਚੀਜ਼ ਆ, ਉਹਦਾ ਤੁਹਾਨੂੰ ਆਈ ਥਿੰਕ ਕਿਸੇ ਨੂੰ ਕਨਵਿੰਸ ਕਰਨਾ ਇੰਨੀ ਪ੍ਰੋਬਲਮ ਹੋਣੀ ਵੀ ਨਹੀਂ ਚਾਹੀਦੀ. ਕਨਵਿੰਸ ਕੀ ਕਰਨਾ, ਉਹਦੇ 'ਚ ਦੱਸਣਾ ਜੇ ਕਿਸੇ ਨੂੰ ਨੀਡ ਹੈਗੀ ਹੈ ਇੰਸ਼ੋਰੈਂਸ ਪਾਲਿਸੀ ਲੈਣੀ ਹੁੰਦਾ ਨਾ, ਵੀ ਤੁਸੀਂ ਵੀ ਸਾਡੇ ਕੋਲ ਆਹ ਪ੍ਰੋਡਕਟ ਹੈਗੇ ਇੰਨੀ ਤੁਹਾਡੀ ਕੋਸਟ ਆਊਗੀ, ਰਾਈਟ? ਜੀ. ਸੋ ਇਨਵੈਸਟਮੈਂਟ ਇਜ਼ ਫਿਰ ਵੀ ਕਾਈਂਡ ਆਫ ਡਿਸਕ੍ਰਿਸ਼ਨਰੀ ਚੀਜ਼ ਹੁੰਦੀ ਹੈ, ਬੰਦੇ ਨੇ ਕਰਨੀ ਜਾਂ ਨਹੀਂ ਕਰਨੀ, ਰਾਈਟ? ਹਾਂਜੀ, ਇਨਵੈਸਟਮੈਂਟ 'ਚ ਆਪਾਂ ਜਿਵੇਂ ਰਿਕਮੈਂਡ ਕਰਦੇ ਹੁੰਦੇ ਹਾਂ ਕਿ TFSA ਇੱਕ ਬੈਸਟ ਟੂਲ ਆ. ਹਰੇਕ ਮਹੀਨੇ ਸੇਵਿੰਗ ਕਰਨ ਲਈ 100 ਪਾਓ 200 ਪਾਓ ਤੁਹਾਡੀ ਆਪਦੀ ਚੋਇਸ ਆ, ਜ਼ਰੂਰ ਪਾਉਣਾ ਚਾਹੀਦਾ ਹਰੇਕ ਨੂੰ. ਤੇ ਉਹਦੇ ਤੇ ਵਧੀਆ ਰੇਟ ਆਫ ਰਿਟਰਨ ਵੀ ਮਿਲਦਾ ਤੁਹਾਨੂੰ, 5-7% ਕੰਪਾਊਂਡ ਇੰਟਰਸਟ ਮਿਲ ਜਾਂਦਾ ਹੈ. ਤੇ ਤੁਸੀਂ ਜਦੋਂ ਚਾਹੋ ਉਦੋਂ ਵਿਦਡਰਾਅ ਕਰਾ ਸਕਦੇ ਹੋ. ਇਹਨੂੰ ਆਪਾਂ ਅਵੇਅਰਨੈਸ ਨੂੰ ਸਪਰੈਡ ਕਰਨ ਦੀ ਕੋਸ਼ਿਸ਼ ਕਰਦੇ ਹਾਂ ਹਮੇਸ਼ਾ, ਪਰ ਇਨਕੁਆਇਰੀਜ਼ ਵੀ ਆਉਂਦੀਆਂ, ਪਰ ਅਜੇ ਕਿਤੇ ਨਾ ਕਿਤੇ ਸਾਰੇ ਡਰ ਜਾਂਦੇ ਆ. ਜਿਵੇਂ ਇੱਧਰ ਨੂੰ ਆਈ ਵੁੱਡ ਸੇ ਕਿ ਥੋੜ੍ਹਾ ਝੁਕਾਅ ਘੱਟ ਆ ਆਪਣੀ ਕਮਿਊਨਿਟੀ ਦਾ ਇੱਧਰ ਕੇ ਸਾਈਡ 'ਤੇ ਕੁਛ ਸੇਵਿੰਗ ਜਾਂ ਇਨਵੈਸਟਮੈਂਟ ਵੱਲ, ਬਟ ਇੰਸ਼ੋਰੈਂਸ ਨੂੰ ਲੈ ਕੇ ਤਾਂ ਫਿਰ ਕਾਫੀ ਅਵੇਅਰਨੈਸ ਹੈਗੀ ਆ. ਐਕਚੁਅਲੀ ਬਿਲਕੁਲ, ਆਪਣੇ ਜਿਹੜੇ ਦੇਸੀ ਕਾਨਫਰੰਸ ਦਾ ਪਲੇਟਫਾਰਮ ਤੇ ਅਸੀਂ ਹਮੇਸ਼ਾ ਗੱਲ ਕਰਦੇ ਰਹਿੰਦੇ ਵੀ ਪਹਿਲਾ ਪਾਰਟ ਹੁੰਦਾ ਤੁਹਾਡਾ ਸੇਵ ਕਰਨਾ, ਜਿਹੜਾ ਪੈਸਾ ਅਰਨ ਕਰਦੇ ਹੋ. ਜੇ ਤੁਸੀਂ ਸੇਵ ਹੀ ਨਹੀਂ ਕੀਤਾ ਦੈਨ ਉਹ ਤਾਂ ਫਿਰ ਉਹੀ ਆ ਰੈਟ ਰੇਸ ਆ, ਤੁਸੀਂ ਭੱਜੇ ਫਿਰਦੇ ਆ, ਕੁਛ ਨਹੀਂ ਬਚਦਾ. ਉਹ ਦੂਜਾ ਪਾਰਟ ਹੈਗਾ ਜੀ ਉਹਦਾ, ਜਿਹੜਾ ਸਟੈਪਿੰਗ ਸਟੋਨ ਹੈਗਾ ਤੁਹਾਡਾ ਇਨਵੈਸਟਿੰਗ, ਵੀ ਇਨਵੈਸਟ ਕਿੱਥੇ ਕਰਦੇ ਹਾਂ.
ਤੇ ਇਨਵੈਸਟਿੰਗ ਤੁਹਾਨੂੰ ਤੁਸੀਂ ਐਕਟਿਵ ਹੈਗੇ ਹੋ ਸਾਡੇ ਵਾਂਗ ਖੁਦ ਆਪਣੇ ਮੈਨੇਜ ਕਰਦੇ ਹੋ ਤੁਸੀਂ ਆਪਣਾ ETF ਲੈ ਕੇ ਸਟਾਕਸ ਲੈ ਕੇ TFS ਵਿੱਚ ਕਰੋ ਇਫ ਯੂ ਨਾਟ ਦੈਨ ਗੈਟ ਐਡਵਾਈਜ਼ਰ ਯੂ ਨੋ ਜਿੰਨਾ ਵੀ ਸੇਵ ਕਰਦੇ ਹੋ ਔਰ TFS ਇਹ ਬਹੁਤ ਵਧੀਆ ਟੂਲ ਜਿੱਦਾਂ ਤੁਸੀਂ ਕਿਹਾ ਬੱਚੇ ਹੈਗੇ ਤੁਹਾਡੇ RESP ਜਿਹਦੇ ਦੋ ਮਸਟ ਅਕਾਊਂਟ ਆ ਹਰ ਬੰਦੇ ਨੂੰ ਯੂਟੀਲਾਈਜ਼ ਕਰਨੇ ਚਾਹੀਦੇ ਨੇ ਤੇ ਜੇ ਤੁਹਾਡੀ ਸੈਲਰੀ ਤੁਸੀਂ ਪੇਰੋਲ 'ਤੇ ਹੈਗੇ ਹੋ ਤਾਂ RESP ਇਜ਼ ਅ ਗੁੱਡ ਟੂਲ ਆਲਸੋ ਜਿਹੜੇ ਤੁਹਾਡੇ ਟੈਕਸ ਬਹੁਤ ਸੇਵ ਕਰਦਾ ਹੈਗਾ ਇਫ ਯੂ ਯੂਜ਼ ਇਟ ਐਫੀਸ਼ੀਐਂਟਲੀ ਰਾਈਟ ਸੋ ਇਹ ਸਾਰੀਆਂ ਚੀਜ਼ਾਂ ਹੈਗੀਆਂ ਹੁਣ ਇਹ ਡਿਬੇਟੇਬਲ ਚੀਜ਼ ਹੈਗੀ ਆ ਵੀ ਤੁਸੀਂ ਇੰਸ਼ੋਰੈਂਸ ਦੇ ਥਰੂ ਇਨਵੈਸਟ ਕਰਨਾ ਆ ਜਾਂ ਡਾਇਰੈਕਟਲੀ ਇਨਵੈਸਟ ਕਰਨਾ ਡਿਪੈਂਡ ਤੁਹਾਡੀ ਨੌਲੇਜ ਕਿੰਨੀ ਆ ਬਟ ਯੂ ਸ਼ੁੱਡ ਡੂ ਸਮਥਿੰਗ ਹਰ ਵਾਰ ਬੰਦੇ ਨੂੰ ਕੁਛ ਨਾ ਕੁਛ ਜ਼ਰੂਰ ਕਰਨਾ ਚਾਹੀਦਾ ਇਹਨਾਂ ਨੂੰ ਪ੍ਰੋਪਰਲੀ ਯੂਟੀਲਾਈਜ਼ ਕਰਨਾ ਚਾਹੀਦਾ ਬਿਲਕੁਲ ਜੀ ਬਹੁਤ ਵਧੀਆ ਤੁਹਾਡੇ ਨਾਲ ਗੱਲ ਰਹੀ ਹੈਗੀ ਅਤੇ ਆਪ ਸਾਡੇ ਚੈਨਲ 'ਤੇ ਆਇਆ ਕਰੋ ਅਤੇ ਹੋਰ ਵੀ ਸਾਨੂੰ ਸਾਡੇ ਸੋਚਿਆਂ ਨੂੰ ਦੱਸਿਆ ਕਰੋ ਕੋਈ ਐਨੀਥਿੰਗ ਯੂ ਵਾਂਟ ਟੂ ਸੇ ਜਾਂ ਕੋਈ ਬੰਦਾ ਇਸ ਕਰੀਅਰ 'ਚ ਆ ਰਿਹਾ ਵੀ ਕੀ ਦੋ ਤਿੰਨ ਗੱਲਾਂ ਜਿਹੜੀਆਂ ਉਹਨੂੰ ਨੋਟ 'ਚ ਰੱਖਣੀਆਂ ਚਾਹੀਦੀਆਂ ਇੱਕ ਤਾਂ ਮੈਂ ਬੇਸਿਕ ਜਿਵੇਂ ਜਿਹੜੇ ਸਟੂਡੈਂਟ ਆਉਂਦੇ ਆ ਉਹਨਾਂ ਨੂੰ ਮੇਰੀ ਹਮੇਸ਼ਾ ਰਿਕੁਐਸਟ ਹੁੰਦੀ ਹੈ ਕਿ ਆਪਦੇ ਲਈ ਆਉਂਦੇ ਹੀ ਇੱਕ $12 ਵਾਲਾ ਲਾਈਫ ਇੰਸ਼ੋਰੈਂਸ ਦਾ ਪਲਾਨ ਆਪਦੀ ਫੈਮਿਲੀ ਲਈ ਜ਼ਰੂਰ ਲਓ ਕਿਉਂਕਿ ਆਏ ਦਿਨ ਆਪਾਂ ਸੋਸ਼ਲ ਮੀਡੀਆ 'ਤੇ ਗੋ ਫੰਡ ਮੀ ਦੇਖਦੇ ਹਾਂ ਉਹ ਗਰੰਟਡ ਨਹੀਂ ਹੁੰਦਾ ਤੁਹਾਨੂੰ ਨਹੀਂ ਪਤਾ ਕੋਈ ਪ੍ਰੋਬਲਮ ਆਉਂਦੀ ਹੈ ਕਿਸੇ ਨੇ ਤੁਹਾਨੂੰ ਡੋਨੇਸ਼ਨ ਦੇਣੀ ਆ ਹੈਲਪ ਦੇਣੀ ਆ ਜਾਂ ਨਹੀਂ ਦੇਣੀ ਪਰ ਜੇ ਇੰਸ਼ੋਰੈਂਸ ਹੋਊਗੀ ਤਾਂ 1 ਲੱਖ ਦੀ ਲਾਈਫ ਇੰਸ਼ੋਰੈਂਸ ਦੀ ਕਵਰੇਜ ਸਿਰਫ $12 ਚ ਆ ਜਾਂਦੀ ਹੈ ਆਪਦੀ ਫੈਮਿਲੀ ਨੂੰ ਜ਼ਰੂਰ ਪ੍ਰੋਟੈਕਟ ਕਰਕੇ ਰੱਖੋ ਐਂਡ ਜੇ ਕ੍ਰਿਟੀਕਲ ਵੀ ਐਡ ਕਰੋਗੇ ਤਾਂ $12 ਚ ਹੋਰ ਲਾਈਕ $24 ਦੇ ਵਿੱਚ ਲਾਈਫ ਪਲੱਸ ਕ੍ਰਿਟੀਕਲ ਦੋਨੋਂ ਆ ਜਾਂਦੀਆਂ ਇੱਕ ਤਾਂ ਇਹ ਚੀਜ਼ ਸੈਕਿੰਡ ਥਿੰਗ ਜੇ ਕੋਈ ਕਰੀਅਰ ਨੂੰ ਇਹਨੂੰ ਜੁਆਇਨ ਕਰਨਾ ਚਾਹੁੰਦਾ ਇੰਸ਼ੋਰੈਂਸ ਨੂੰ ਐਜ਼ ਅ ਕਰੀਅਰ ਤਾਂ ਆਪਦੀ ਪ੍ਰੋਪਰ ਨੌਲੇਜ ਦੇ ਨਾਲ ਆਓ ਕਈ ਵਾਰੀ ਤੁਹਾਨੂੰ ਉਹਨਾਂ ਨਹੀਂ ਪਤਾ ਹੁੰਦਾ ਸਿਰਫ ਆਪਾਂ ਨੂੰ ਹੁੰਦਾ ਕਿਉਂਕਿ LLQP ਦਾ ਲਾਇਸੈਂਸ ਲੈ ਲਿਆ ਇਹੀ ਇਨਫ ਆ ਪਰ ਈਚ ਪ੍ਰੋਡਕਟ ਨੂੰ ਸਮਝਣਾ ਅਤੇ ਕਲਾਇੰਟ ਦੀ ਜ਼ਰੂਰਤ ਨੂੰ ਸਮਝਣਾ ਸਭ ਤੋਂ ਵੱਡੀ ਗੱਲ ਹੁੰਦੀ ਆ ਤਾਂ ਹੀ ਆਪਾਂ ਇਹ ਜਿਹੜਾ ਕਰੀਅਰ ਹੈ ਇਹ 'ਚ ਸਕਸੈਸਫੁਲ ਹੋ ਸਕਦੇ ਹਾਂ ਇੱਕ ਮੇਰਾ ਉਹ ਕੁਐਸਚਨ ਸੀ ਬ੍ਰੋਕਰੇਜ ਨੂੰ ਲੈ ਕੇ ਕਈ ਵਾਰ ਲੋਕਾਂ ਨੂੰ ਸਮਝ ਨਹੀਂ ਆਉਂਦੀ ਵੀ ਕਿਹੜੀ ਬ੍ਰੋਕਰੇਜ ਜੁਆਇਨ ਕਰਨੀ ਚਾਹੀਦੀ ਹੈ ਸੋ ਇਹਦੇ 'ਚ ਕੀ ਫਰਕ ਹੁੰਦਾ ਕਿੰਨਾ ਥੋੜ੍ਹਾ ਜਿਹਾ ਡਿਟੇਲ ਦੱਸੋ ਕਿ ਬ੍ਰੋਕਰੇਜ ਟੂ ਬ੍ਰੋਕਰੇਜ ਇਹਨਾਂ ਦੇ ਕਿਉਂਕਿ ਡਿਪੈਂਡ ਕਰਦਾ ਇਹਨਾਂ ਦੇ ਕਿਹੜੇ ਪ੍ਰੋਡਕਟ ਇਹਨਾਂ ਕੋਲ ਹੈਗੇ ਨੇ ਰਾਈਟ ਹਾਂਜੀ ਪ੍ਰੋਡਕਟ ਤਾਂ ਸਾਰੇ ਸਿਮੀਲਰ ਹੁੰਦੇ ਆ ਤੇ ਜਿਵੇਂ ਐਜ਼ ਅ ਇੰਡੀਪੈਂਡੈਂਟ ਬ੍ਰੋਕਰ ਇੰਸ਼ੋਰੈਂਸ ਕੰਪਨੀਜ਼ ਵੀ ਬਹੁਤ ਕਾਫੀ ਸਾਰੀਆਂ ਇੰਸ਼ੋਰੈਂਸ ਕੰਪਨੀਜ਼ ਨਾਲ ਐਜ਼ ਅ ਇੰਡੀਪੈਂਡੈਂਟ ਬ੍ਰੋਕਰ ਜਿਵੇਂ ਮੈਂ ਵੀ ਡੀਲ ਕਰ ਸਕਦੀ ਹਾਂ ਹੁਣ ਜੇ ਮੰਨ ਲਓ ਕੋਈ ਕਿਸੇ ਹੋਰ ਬ੍ਰੋਕਰੇਜ 'ਚ ਆ ਜਾਂ ਕੋਈ ਜਿਹੜੀ ਜਿੱਥੇ ਮੈਂ ਆ ਉਸ ਬ੍ਰੋਕਰੇਜ 'ਚ ਆ ਸਾਰੇ ਸੇਮ ਪ੍ਰੋਡਕਟਸ ਨੂੰ ਐਕਸੈਸ ਕਰ ਸਕਦੇ ਹੁੰਦੇ ਆ ਸਿਰਫ ਫਰਕ ਇਹ ਹੁੰਦਾ ਕਿ ਐਡਵਾਈਜ਼ਰ ਤੁਹਾਨੂੰ ਦੱਸਣਾ ਚਾਹੁੰਦਾ ਹੈ ਜਾਂ ਨਹੀਂ ਦੱਸਣਾ ਚਾਹੁੰਦਾ ਹੁਣ ਹੋ ਸਕਦਾ ਕੋਈ ਐਡਵਾਈਜ਼ਰ ਮਾਰਕੀਟ 'ਚ ਇੱਦਾਂ ਦਾ ਹੋਵੇ ਜਿਹੜਾ ਕਹਿ ਦੇਵੇ ਵੀ ਓਕੇ ਤੁਸੀਂ ਇੰਸ਼ੋਰੈਂਸ ਲੈਣੀ ਆ $200 ਦਾ ਪਲਾਨ ਆ $300 ਦਾ ਪਲਾਨ ਆ ਹੋ ਸਕਦਾ ਉਹ $12 ਵਾਲਾ ਪਲਾਨ ਤੁਹਾਨੂੰ ਦੱਸੇ ਹੀ ਨਾ ਵੀ ਇਹ ਵੀ ਹੈਗਾ ਹੈ ਸੋ ਇਹ ਉਹ ਐਡਵਾਈਜ਼ਰ ਦੀ ਕਿਤੇ ਨਾ ਕਿਤੇ ਆਪਾਂ ਕਹਿ ਦਈਏ ਕਿ ਨੌਲੇਜ ਦੀ ਘਾਟ ਹੋ ਜਾਂਦੀ ਹੈ ਜਾਂ ਉਹਦੀ ਇੰਟੈਂਸ਼ਨ ਨਹੀਂ ਹੁੰਦੀ ਕਿ ਉਹ ਤੁਹਾਨੂੰ ਉਹ ਪਲਾਨ ਬਾਰੇ ਦੱਸਣਾ ਚਾਹੁੰਦਾ ਕਿਉਂਕਿ ਮੇਰੇ ਕੋਲ ਜਿਹੜੇ ਕਲਾਇੰਟਸ ਆਉਂਦੇ ਆ ਉਹਨਾਂ ਨੇ $200-$300 ਵਾਲੇ ਮੰਥਲੀ ਪਲਾਨ ਲਏ ਹੁੰਦੇ ਆ ਜਦੋਂ ਮੈਂ $12 ਵਾਲਾ $20 ਵਾਲਾ ਪਲਾਨ ਦੱਸਦੀ ਉਹ ਕਹਿੰਦੇ ਮੈਡਮ ਅੱਛਾ ਇਹਨੇ ਵੀ ਇਹ ਵੀ ਪਲਾਨ ਹੁੰਦੇ ਆ ਸਾਨੂੰ ਸਾਡੇ ਪਹਿਲੇ ਐਡਵਾਈਜ਼ਰ ਨੇ ਤਾਂ ਦੱਸੇ ਹੀ ਨਹੀਂ ਹੁਣ ਉੱਥੇ ਗਲਤੀ ਜਿਵੇਂ ਆਈ ਵੁੱਡ ਸੇ ਕਿ ਕੰਪਨੀ ਦੀ ਨਹੀਂ ਸੇਮ ਕੰਪਨੀਜ਼ ਹੀ ਮੇਰੇ ਕੋਲ ਆ ਸੇਮ ਹੀ ਉਹਨਾਂ ਕੋਲ ਆ ਸਿਰਫ ਇੰਟੈਂਸ਼ਨ ਦਾ ਫਰਕ ਹੁੰਦਾ ਕੰਮ ਕਰਨ ਦੀ ਇੰਟੈਂਸ਼ਨ ਸਹੀ ਚਾਹੀਦੀ ਆ ਤੇ ਬਾਕੀ ਵੀ ਜਿਹੜੀ ਪ੍ਰੋਡਕਟ ਤੁਸੀਂ ਕਿ ਨੌਲੇਜ ਜਿਹੜੀ ਹੈ ਨਾ ਕਿਉਂਕਿ ਕਈ ਹੁਣ ਪ੍ਰੋਡਕਟ ਹੁੰਦੇ ਨੇ ਕੋਈ ਫਲੈਕਸੀਬਲ ਹੁੰਦੇ ਨੇ ਪਾਲਿਸੀ ਵੀ ਤੁਸੀਂ ਪੈਸਾ ਕਈ ਵਾਰ ਕਢਾ ਵੀ ਸਕਦੇ ਹੋ ਨਾ ਕਰ ਸਕਦੇ ਹੋ ਹੁਣ ਕਈਆਂ ਦੇ ਵਿੱਚ ਲੌਕ ਇਨ ਟਾਈਮ ਕੁਝ ਇਦਾਂ ਦੇ ਵੀ ਫੀਚਰਸ ਹੁੰਦੇ ਹੋਣੇ ਰਾਈਟ ਸੋ ਉਹ ਫੀਚਰਸ ਨੂੰ ਉਹਨੇ ਪ੍ਰੋਡਕਟ ਨੂੰ ਸਮਝਣਾ ਬਹੁਤ ਇੰਪੋਰਟੈਂਟ ਹੈ ਜੀ ਇੱਕ ਆਪਾਂ ਆਟੋਮੈਟਿਕਲੀ ਜਿਵੇਂ ਅਟਰੈਕਟ ਹੋ ਜਾਂਦੇ ਆ ਮਨੀ ਬੈਕ ਪਲਾਨਸ ਵਾਲ ਜਦੋਂ ਆਪਾਂ ਨੂੰ ਕਹਿ ਦਿੰਦੇ ਆ ਵੀ ਓਕੇ 10 ਸਾਲ ਬਾਅਦ ਤੁਹਾਨੂੰ ਇੰਨਾ ਮਿਲ ਜਾਣਾ ਉਹਨਾਂ ਮਿਲ ਜਾਣਾ ਆਪਾਂ ਉਹ ਚੀਜ਼ ਨੂੰ ਬਹੁਤ ਛੇਤੀ ਮੰਨ ਲੈਂਦੇ ਹਾਂ ਕੋਈ ਕਿਉਂਕਿ ਜਿਵੇਂ ਜੇ ਮੰਨ ਲਓ ਮੈਂ ਇੰਸ਼ੋਰੈਂਸ ਦੇ ਫੀਲਡ 'ਚ ਨਾ ਹੋਵਾਂ ਮੈਨੂੰ ਕੋਈ ਕਹੇ ਵੀ ਓਕੇ ਤੂੰ ਮਹੀਨੇ ਦਾ 200 ਦੇ ਦੇ 20 ਸਾਲ ਬਾਅਦ 5 ਲੱਖ ਮਿਲ ਜੂ 10 ਮਿਲ ਜੂ ਆਫਕੋਰਸ ਮੈਂ ਉਹ ਚੀਜ਼ ਵੱਲ ਨੂੰ ਅਟਰੈਕਟ ਹੋ ਜੂੰਗੀ ਵੀ ਪਰ ਇਹ ਚੀਜ਼ ਨੂੰ ਸਮਝਣ ਦੀ ਜ਼ਰੂਰਤ ਆ ਐਡਾ ਵੱਡਾ ਕਿਉਂਕਿ ਇਹ ਤੁਸੀਂ ਜਿਹੜਾ $200 ਆ 300 ਕੋਈ 2-4 ਸਾਲ ਤਾਂ ਦੇਣਾ ਨਹੀਂ 20 ਸਾਲ ਦੇਣਾ ਹੈ ਬਹੁਤ ਲੰਬੀ ਇਹ ਇਨਵੈਸਟਮੈਂਟ ਹੁੰਦੀ ਆ ਜਾਂ ਬਹੁਤ ਲੰਬੀ ਫਾਈਨੈਂਸ਼ੀਅਲ ਪਲੈਨਿੰਗ ਹੁੰਦੀ ਆ ਕਿਸੇ ਵੀ ਇੰਸ਼ੋਰੈਂਸ 'ਚ ਪੈਸਾ ਪਾਉਣ ਤੋਂ ਪਹਿਲਾਂ ਉਹਨੂੰ ਐਨਲਾਈਜ਼ ਕਰੋ ਉਹਨੂੰ ਚੰਗੀ ਤਰ੍ਹਾਂ ਸਟੱਡੀ ਕਰੋ ਸੋਚੋ ਕਿ ਕੀ ਇਹ ਪੋਸੀਬਲ ਹੋ ਸਕਦਾ ਉਸ ਤੋਂ ਬਾਅਦ ਇਹ ਡਿਸੀਜ਼ਨ ਲਓ
ਕਿਉਂਕਿ ਕਈ ਵਾਰ ਲੋਕ ਦੇਖਿਆ ਮੈਂ ਚਾਰ ਚਾਰ ਪੰਜ ਪੰਜ ਸੌ ਡਾਲਰ ਦੀਆਂ ਪੌਲੀਥੀਨ ਚਲਾਈ ਜਾਂਦੇ ਨੇ ਜੀ ਹਾਂ ਪਹਿਲਾਂ ਪਹਿਲਾਂ ਤਾਂ ਐਕਸਾਈਟਮੈਂਟ 'ਚ ਦੇ ਲੈਂਦੇ ਆ ਸਾਲ ਦੋ ਹਾਂਜੀ ਸਾਲ ਮੁੜ ਕੇ ਫਿਰ ਉਹਨਾਂ ਤੋਂ ਉਹ ਚੱਲ ਨਹੀਂ ਹੁੰਦੀ ਕਿਉਂਕਿ ਤੁਹਾਡੀ ਫਾਈਨੈਂਸ਼ੀਅਲ ਸਿਚੁਏਸ਼ਨ ਸੇਮ ਨਹੀਂ ਰਹਿੰਦੀ ਕਈ ਵਾਰ ਕਿਸੇ ਟਾਈਮ ਵੀ ਬਦਲ ਸਕਦੀ ਹੈ ਅੱਜ ਤੁਸੀਂ 200 ਹੋ ਸਕਦਾ ਤੁਹਾਨੂੰ ਲੱਗੇ ਵੀ ਓਕੇ ਮੇਰੀ ਜੌਬ ਵਧੀਆ ਚੱਲਦੀ ਹੈ 200 ਡਾਲਰ ਦੇਣਾ ਮੇਰੇ ਲਈ ਕੋਈ ਵੱਡੀ ਗੱਲ ਨਹੀਂ ਪਰ ਪਹਿਲਾਂ ਤਾਂ ਇਹ ਦੇਖੋ ਕਿ ਚਲੋ 200 ਬੰਦਾ ਦੇ ਵੀ ਰਿਹਾ ਹੈ ਤੇ ਉਹ 'ਚ ਜਿਹੜਾ ਬੈਕਮੈਨ ਆ ਉਹ ਗਰੰਟਡ ਆ ਜਾਂ ਨਾਨ ਗਰੰਟਡ ਆ ਇਹੀ ਨਹੀਂ ਪਤਾ ਹੁੰਦਾ ਸੋ ਉਹ ਪ੍ਰੋਪਰ ਪਾਲਿਸੀਜ਼ ਜੇ ਤੁਸੀਂ ਲਈਆਂ ਵੀ ਹੋਈਆਂ ਤੁਸੀਂ ਆਪਾਂ ਫ੍ਰੀ ਆਫ ਕਾਸਟ ਮੈਂ ਪਾਲਿਸੀਜ਼ ਨੂੰ ਰਿਵਿਊ ਕਰਦੀ ਹਾਂ ਤੇ ਉਹਨਾਂ ਬਾਰੇ ਪ੍ਰੋਪਰ ਡਿਟੇਲ ਸਟੱਡੀ ਕਰਕੇ ਦੱਸੀਦਾ ਹੈ ਕਿ ਇਹਦਾ ਤੁਹਾਨੂੰ ਲੌਂਗ ਟਰਮ ਕੀ ਫਾਇਦਾ ਨਿਕਲਣਾ ਤੇ ਕੀ ਨਹੀਂ ਨਿਕਲਣਾ ਉਹ ਤੁਸੀਂ ਆਪਣੀਆਂ ਪਾਲਿਸੀਜ਼ ਰਿਵਿਊ ਵੀ ਕਰਵਾ ਸਕਦੇ ਹੋ ਆਪਾਂ ਤੁਹਾਨੂੰ ਸਾਰਾ ਦੱਸਾਂਗੇ ਫਰੋਮ ਦ ਵੈਰੀ ਬਿਗਨਿੰਗ ਕਿ ਕਿੰਨੇ ਤੋਂ ਪਲਾਨ ਸ਼ੁਰੂ ਹੋ ਜਾਂਦੇ ਆ ਤੁਹਾਡੇ ਲਈ ਕਿਹੜਾ ਪਲਾਨ ਸਹੀ ਆ ਤੇ ਜਿਹੜਾ ਤੁਸੀਂ ਪਲਾਨ ਲਿਆ ਹੋਇਆ ਉਹ ਤੁਹਾਡੇ ਲਈ ਲੌਂਗ ਟਰਮ ਵਰਕ ਕਰੂਗਾ ਜਾਂ ਨਹੀਂ ਕਰੂਗਾ ਐਂਡ ਇੱਕ ਹੋਲ ਲਾਈਫ ਪਾਲਿਸੀਜ਼ ਹਰੇਕ ਬੰਦੇ ਦੀ ਜ਼ਰੂਰਤ ਨਹੀਂ ਹੁੰਦੀ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਕਿ ਆਮ ਬੰਦੇ ਦੀ ਇੰਸ਼ੋਰੈਂਸ ਦੀ ਜ਼ਰੂਰਤ 65 ਦੀ ਏਜ ਤੱਕ ਹੁੰਦੀ ਆ ਤੇ ਜਿਹੜੀਆਂ ਹੋਲ ਲਾਈਫ ਪਾਲਿਸੀਜ਼ ਆ ਕਈ ਵਾਰੀ ਸਾਨੂੰ ਇਹ ਨੌਲੇਜ ਦੀ ਘਾਟ ਕਰਕੇ ਅਸੀਂ ਉਹਨਾਂ ਨਾਲ ਅਟਰੈਕਟ ਹੋ ਜਾਂਦੇ ਹਾਂ ਪਰ ਉਹਨਾਂ ਦੇ ਵਿੱਚ ਜਾਂ ਮਨੀ ਬੈਕ ਦਾ ਜਿਹੜਾ ਕਨਸੈਪਟ ਹੁੰਦਾ ਉਹਨੂੰ ਲੈ ਕੇ ਅਟਰੈਕਟ ਹੋ ਜਾਂਦੇ ਹਾਂ ਪਰ ਉਹ 'ਚ ਸਾਨੂੰ ਇੰਨਾ ਫਾਇਦਾ ਨਹੀਂ ਨਿਕਲਦਾ ਜਿੰਨਾ ਸਾਨੂੰ ਦਿਖਾਇਆ ਜਾਂਦਾ ਹੈ ਜਾਂ ਮੈਂ ਕਹੂੰਗੀ ਕਿ ਨੁਕਸਾਨ ਹੀ ਜ਼ਿਆਦਾ ਹੋ ਜਾਂਦਾ ਕਿਉਂਕਿ ਤੁਸੀਂ 10 ਸਾਲ ਜਾਂ 20 ਸਾਲ ਪੇ ਕਰਦੇ ਰਹਿਣਾ ਹੈ ਤੇ ਤੁਹਾਡਾ ਹੋ ਸਕਦਾ ਤੁਹਾਨੂੰ ਪੈਸੇ ਦੀ ਜ਼ਰੂਰਤ ਅੱਜ ਤੋਂ 5 ਸਾਲ ਬਾਅਦ ਹੀ ਹੋਵੇ ਜੀ ਫਲੈਕਸੀਬਿਲਿਟੀ ਘੱਟ ਹੁੰਦੀ ਹੈ ਕਈ ਵਾਰੀ ਹਾਂਜੀ ਫਲੈਕਸੀਬਿਲਿਟੀ ਦੀ ਬਹੁਤ ਘੱਟ ਹੁੰਦੀ ਹੈ ਤੇ ਇਹ ਵੀ ਨਹੀਂ ਦੱਸਿਆ ਜਾਂਦਾ ਕਿ ਜਦੋਂ ਤੁਸੀਂ ਮਨੀ ਬੈਕ ਲੈਣੀ ਹੈ ਜੇ ਤੁਸੀਂ ਮੰਨ ਲਓ ਤੁਹਾਡਾ ਅੱਜ ਤੋਂ 20 ਸਾਲ ਬਾਅਦ $20,000 ਤੁਸੀਂ ਲੈ ਸਕਦੇ ਹੋ ਜੇ ਉਹ 100% $20,000 ਤੁਸੀਂ ਪਾਲਿਸੀ ਚੋਂ ਲੈ ਲਿਆ ਪਾਲਿਸੀ ਕੈਂਸਲ ਪਿੱਛੇ ਕੋਈ ਡੈਥ ਬੈਨੀਫਿਟ ਨਹੀਂ ਬਚਦਾ ਸੈਕਿੰਡ ਥਿੰਗ ਇਹਦੇ 'ਚ ਹੁੰਦੀ ਹੈ ਕਿ ਉਹ 20,000 ਦਾ ਮੈਕਸ ਆਪਾਂ ਮੈਕਸੀਮਮ 90% ਜੇ ਲੈਣਾ ਹੈ ਪਾਲਿਸੀ ਨੂੰ ਚੱਲਦੀ ਰੱਖਣ ਲਈ ਤਾਂ ਉਹਨੂੰ ਐਜ਼ ਅ ਲੋਨ ਤੇ ਲੈਣਾ ਪੈਣਾ ਜਿਹਦੇ ਤੇ ਪ੍ਰਾਈਮ ਪਲੱਸ 1% ਇੰਟਰਸਟ ਲੱਗਦਾ ਸੋ ਕਈ ਵਾਰੀ ਇਹਨਾਂ ਗੱਲਾਂ ਨੂੰ 4% ਹੁੰਦੀ ਹੈ ਪਰ ਇੰਟਰਸਟ ਵੀ 7% ਦੇ ਰਹੇ ਨੇ ਹਾਂਜੀ ਸੋ ਫੋਰ ਐਗਜ਼ਾਮਪਲ ਚਲੋ ਆਪਾਂ ਉਹ 'ਚੋਂ ਇੰਟਰਸਟ ਤੇ ਆਪਾਂ 20,000 ਲੈ ਲਿਆ ਆਪਾਂ ਨੂੰ ਉੱਪਰ 10-15,000 ਵਿਆਜ ਲੱਗ ਗਿਆ 1 ਲੱਖ ਦੀ ਪਾਲਿਸੀ ਸੀ ਫਿਰ ਉਸ ਤੋਂ ਬਾਅਦ ਜਦੋਂ ਡੈਥ ਹੋਈ ਇਹ 30-35,000 ਡਿਡਕਟ ਹੋ ਕੇ ਜੋ ਪਿੱਛੇ ਬਚਿਆ ਉਹ ਫੈਮਿਲੀ ਨੂੰ ਮਿਲ ਜਾਣਾ ਹੁੰਦਾ ਸੋ ਇਹ ਚੀਜ਼ਾਂ ਨੂੰ ਹੋਲ ਲਾਈਫ ਪਾਲਿਸੀ ਸੈੱਲ ਕਰਨ ਤੋਂ ਪਹਿਲਾਂ ਖੁੱਲ੍ਹ ਕੇ ਕਲਾਇੰਟ ਨੂੰ ਦੱਸਿਆ ਨਹੀਂ ਜਾਂਦਾ ਉਹਦੇ ਕਰਕੇ ਵੀ ਉਹ ਇਹਨਾਂ ਪਾਲਿਸੀਜ਼ ਨੂੰ ਲੈ ਕੇ ਅਟਰੈਕਟ ਹੋ ਜਾਂਦੇ ਆ ਬਿਲਕੁਲ ਫਸੇ ਪਏ ਹੁੰਦੇ ਜੀ ਮੈਂ ਦੇਖਿਆ ਮੈਂ ਕਈ ਵਾਰੀ ਮੈਂ ਪਲੈਨਿੰਗ ਕਰਦਾ ਹਾਂ ਰਿਵਿਊ ਕਰਦਾ ਹੈਗਾ ਤੇ ਇਹ ਚੀਜ਼ਾਂ ਹੈਗੀਆਂ ਕੁਲਵੀਰ ਲੋਕ ਨੇ ਹਲੋ ਇਸ ਲਈ ਲੋਕ ਥੋੜਾ ਜਿਹਾ ਡਰਦੇ ਨੇ ਜਿੱਦਾਂ ਆਪਾਂ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ ਨਾ ਕਈ ਵਾਰ ਲੋਕ ਇੰਸ਼ੋਰੈਂਸ ਹੀ ਜਾਂ ਕੋਈ ਵੀ ਇਨਵੈਸਟਮੈਂਟ ਲੱਗਦਾ ਵੀ ਇਹਨਾਂ ਦਾ ਇੰਟਰਸਟ ਹੈ ਇਹ ਆਪਣੇ ਪੈਸੇ ਬਣਾਉਣ ਵਾਸਤੇ ਹੈ ਔਰ ਲੋਕਾਂ ਨੇ ਕੀਤਾ ਵੀ ਹੈ ਪਹਿਲਾਂ ਟੂ ਬੀ ਓਨੈਸਟ ਸੋ ਇੱਥੇ ਕਈ ਵਾਰੀ ਲੋਕਾਂ ਨੇ ਮਿਸਯੂਜ਼ ਕੀਤੀਆਂ ਹੈਗੀਆਂ ਆਪਸ਼ਨਸ ਸੋ ਜ਼ਰੂਰੀ ਹੈ ਵੀ ਤੁਸੀਂ ਐਜ਼ ਏ ਵਿਊਅਰ ਤੁਸੀਂ ਐਜ਼ ਏ ਕਲਾਇੰਟ ਆਪ ਅਵੇਅਰ ਹੋ ਪਹਿਲਾਂ ਵੀ ਤੁਹਾਨੂੰ ਕੀ ਚੀਜ਼ ਚਾਹੀਦੀ ਹੈ ਅਤੇ ਚੰਗੀ ਤਰ੍ਹਾਂ ਪੁੱਛੋ ਠੋਕ ਵਜਾ ਕੇ ਗੱਲ ਕਰੋ ਪੁੱਛੋ ਵੀ ਇਹਦੇ ਕੀ ਬੈਨੀਫਿਟਸ ਹੈ ਕੀ ਨੁਕਸਾਨ ਹੈ ਫਿਰ ਤੁਸੀਂ ਜਾ ਕੇ ਡਿਸੀਜਨ ਲਓ ਨਾ ਕਿ ਉਹਨੇ ਕਹਿਤਾ ਵੀ ਇੰਨੇ ਪੈਸੇ ਵਾਪਸ ਆ ਜਾਣਗੇ ਤੇ ਉਹਨੇ ਹੋ ਜਾਣਗੇ ਤੇ ਉਹਨੇ ਐਂਡ ਡਸ ਨਾਟ ਹੈਪਨ ਲਾਈਕ ਦੈਟ ਵੇ ਕਈ ਵਾਰੀ ਇਹ ਜਿਹੜੀ ਗਲਤੀ ਉਦੋਂ ਹੋ ਜਾਂਦੀ ਹੈ ਜਦੋਂ ਇੰਸ਼ੋਰੈਂਸ ਸੈੱਲ ਕਰਨ ਵਾਲਾ ਸਾਡਾ ਕੋਈ ਆਪਦਾ ਦੋਸਤ ਹੀ ਹੋਵੇ ਜਾਂ ਭੈਣ ਭਰਾ ਜਾਂ ਰਿਸ਼ਤੇਦਾਰ ਕਿਉਂਕਿ ਉੱਥੇ ਸਾਡਾ ਜਿਹੜਾ ਟਰੱਸਟ ਬਹੁਤ ਬਣਿਆ ਹੁੰਦਾ ਇੱਕ ਜਿਵੇਂ ਕਹਿ ਲਈਏ ਕਿ ਹੈਜ਼ੀਟੇਸ਼ਨ ਕਰਕੇ ਅਸੀਂ ਬਹੁਤ ਸਾਰੇ ਸਵਾਲ ਵੀ ਨਹੀਂ ਪੁੱਛਦੇ ਉੱਥੇ ਜਿਵੇਂ ਸਵਾਲ ਨਾ ਪੁੱਛਣ ਕਰਕੇ ਅਸੀਂ ਕਿਤੇ ਨਾ ਕਿਤੇ ਬੰਨੇ ਜਾਂਦੇ ਹਾਂ ਵੀ ਹੁਣ ਨਾ ਸਵਾਲ ਪੁੱਛ ਸਕਦੇ ਹਾਂ ਨਾ ਉਹ ਬੰਦੇ ਨੂੰ ਅਸੀਂ ਪਾਲਿਸੀ ਲੈਣ ਤੋਂ ਜਵਾਬ ਦੇ ਸਕਦੇ ਹਾਂ ਅਸੀਂ ਧੱਕੇ ਨਾਲ ਹੀ ਕਈ ਵਾਰੀ ਮਹੀਨੇ ਦਾ $200-$400 ਇੰਸ਼ੋਰੈਂਸ 'ਚ ਬਿਨਾਂ ਗੱਲੋਂ ਹੀ ਪਾਈ ਜਾਂਦੇ ਹਾਂ ਇਹਨਾਂ ਚੀਜ਼ਾਂ ਤੋਂ ਬਚਣਾ ਚਾਹੀਦਾ ਕੋਰੇ ਕਰਾਰੇ ਹੋ ਕੇ ਫਾਈਨੈਂਸ਼ੀਅਲ ਡਿਸੀਜ਼ਨ ਦੇ ਟਾਈਮ 'ਤੇ ਬਹੁਤ ਕੋਰੇ ਕਰਾਰੇ ਹੋ ਕੇ ਆਪਦੀ ਅਵੇਅਰਨੈਸ ਨਾਲ ਇਹ ਡਿਸੀਜ਼ਨ ਲੈਣਾ ਚਾਹੀਦਾ ਇਨਸਟੈਡ ਕਿ ਕਿਸੇ ਦੂਜੇ ਦੇ ਇਨਫਲੂਐਂਸ 'ਚ ਆ ਕੇ ਥੈਂਕ ਯੂ ਸੋ ਮਚ ਤੁਸੀਂ ਬਹੁਤ ਹੀ ਕੈਂਡਿਡਲੀ ਇਹ ਚੀਜ਼ ਪੁਆਇੰਟ ਆਊਟ ਕੀਤੀ ਹੈਗੀ ਆ ਸੋ ਆਈ ਥਿੰਕ ਇਹ ਇਹ ਚੀਜ਼ਾਂ ਹੈਗੀਆਂ ਜੋ ਡਿਫਰੈਂਸ਼ੀਏਟ ਕਰਦੀ ਹੈ ਇੱਕ ਰਾਈਟ ਐਡਵਾਈਜ਼ਰ ਨੂੰ ਔਰ ਇੱਕ ਫੁੱਲ ਟਾਈਮ ਬੰਦਾ ਮੈਂ ਹਮੇਸ਼ਾ ਕਹਿੰਦਾ ਹੁੰਦਾ ਜਿਹੜਾ ਬੰਦਾ ਫੁੱਲ ਟਾਈਮ ਹੈਗਾ ਨਾ ਕਿਸੇ ਪ੍ਰੋਫੈਸ਼ਨ ਦੇ ਵਿੱਚ ਉਹ ਆਪਣੇ ਪ੍ਰੋਫੈਸ਼ਨ ਨੂੰ ਬਹੁਤ ਹੀ ਇੱਕ ਤਰੀਕੇ ਨਾਲ ਡਿਸਿਪਲਿਨ ਦੇ ਨਾਲ ਓਬਸੈਸ਼ਨ ਅਤੇ ਪੈਸ਼ਨ ਦੇ ਨਾਲ ਉਹਨੂੰ ਡਰਾਈਵ ਕਰਦਾ ਆ ਪਰ ਜਿਹੜਾ ਬੰਦਾ ਜਿਵੇਂ ਤੁਸੀਂ ਕਹਿੰਦੇ ਰਿਸ਼ਤੇਦਾਰੀ ਵਾਲੀ ਗੱਲ ਕਿਸੇ ਨੇ ਲਾਇਸੈਂਸ ਰੱਖੇ ਲੱਗਿਆ ਵੀ ਤਾਂ ਡਰ ਲੱਗ ਗਿਆ ਉੱਥੇ ਪਾਲਿਸੀ ਕਰਦੇ ਅਤੇ ਕਰਦੇ ਸੋਰੀ ਟੂ ਸੇ ਓਨੀ ਸੀਰੀਅਸਨੈਸ ਨਹੀਂ ਆਪਾਂ ਦੇਖ ਸਕਦੇ ਉਹਨਾਂ ਤੋਂ ਜਿੰਨਾ ਮਰਜ਼ੀ ਉਹ ਕਹਿ ਲੈਣ ਤੁਹਾਨੂੰ ਸੋ ਬਹੁਤ ਵਧੀਆ ਲੱਗਿਆ ਅੱਜ ਤੁਹਾਡੇ ਨਾਲ ਗੱਲ ਕਰਕੇ ਥੈਂਕ ਯੂ ਸੋ ਮੱਚ ਜੀ ਜੀ ਥੈਂਕ ਯੂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ